ਹੁਣ ਮੇਰੇ ਮੈਟਰਸ ਵਾਲੀ ਗੱਲ ਦਾ ਬਹੁਤ ਜ਼ਿਆਦਾ ਨੇ ਮਜ਼ਾਕ ਉਡਾਇਆ, ਹੈ ਨਾ। ਚਲੋ ਠੀਕ ਹੈ, ਜਿਨ੍ਹਾਂ ਨੇ ਉਡਾਇਆ ਮਜ਼ਾਕ ਮੈਂ ਮਾਇੰਡ ਨਹੀਂ ਕਰਦੀ, ਕਿਉਂਕਿ ਮੇਰੇ 'ਤੇ ਤਾਂ ਆਲਰੇਡੀ ਉਸ ਟਾਈਮ ਬਹੁਤ ਜ਼ਿਆਦਾ ਟ੍ਰੋਲ ਹੋਇਆ। ਮੇਰੇ ਘਰਦਿਆਂ ਨੇ ਬਹੁਤ ਜ਼ਿਆਦਾ ਟੈਨਸ਼ਨ ਲਈ, ਮੰਮਾ ਹੋਣੀ ਮੈਨੂੰ ਕਹਿਣ ਯਾਰ ਹੁਣ ਤੁਸੀਂ ਸਾਰੇ ਇਹ ਨਾ ਸੋਚੋ ਕਿ ਇੱਥੇ ਕੰਮ ਨਹੀਂ ਹੈਗਾ, ਹੈ ਨਾ। ਮੈਨੂੰ ਵੀ ਸਟੱਡੀ ਦੇ ਵਿੱਚ ਕੰਮ ਨਹੀਂ ਮਿਲਿਆ, ਬਹੁਤ ਜ਼ਿਆਦਾ ਖੁਸ਼ੀ ਹੋਈ ਗੱਡੀ ਲੈ ਕੇ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਪਾਪਾ ਕੋਲ ਗੱਡੀ ਸੀਗੀ, ਅਤੇ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਅਤੇ ਕੁਛ ਮੈਂ ਵਲੌਗ ਦੇ ਵਿੱਚ ਪਾਇਆ ਸੀ, ਮੈਨੂੰ ਬੜੇ ਜਣਾਂ ਨੇ ਪੁੱਛਿਆ ਸੀਗਾ ਕਿ ਕੀ ਹੋਇਆ ਸੀ, ਕਿਉਂ ਗੱਡੀ ਸੇਲ ਕਰਤੀ ਸੀ। ਮੈਂ ਕਿਹਾ ਯਾਰ ਨਹੀਂ, ਆਪਾਂ ਜੀਪ ਹੀ ਲੈ ਲੈਂਦੇ ਹਾਂ, ਫਿਰ ਕੀ ਆ। ਹੁਣ ਉਦੋਂ ਵੀ ਕਈਆਂ ਨੇ ਬਹੁਤ ਬੋਲੇ ਕਿਸ਼ਤਾਂ 'ਤੇ ਲੈ ਲਈ, ਕਿਸ਼ਤਾਂ 'ਤੇ ਲੈ ਲਈ। ਹੁਣ ਯਾਰ ਇੱਦਾਂ, ਹੁਣ ਤੁਸੀਂ ਜਿਹੜੇ ਬੋਲਦੇ ਪਏ ਆ ਉਹਨਾਂ ਦੀ ਜੇਬ 'ਚ ਇਸ ਟਾਈਮ ਉਹਨਾਂ ਦੀ ਜੇਬ ਦੇ ਵਿੱਚ $30-40 ਪਿਆ ਹੁੰਦਾ ਵਾ ਭਰਾਵਾ। ਤੁਸੀਂ ਲੋਕ ਹੀ ਲੈ ਸਕਦੇ ਹੋ ਕਿ ਹਾਂ ਵੀ $30-40 ਦੀ ਗੱਡੀ ਪਸੰਦ ਆ ਗਈ, ਆ ਲਓ $30 ਸਾਡੀ ਜੇਬ 'ਚ ਪਿਆ। ਸਾਡੀ ਜੇਬ ਦੇ ਵਿੱਚ 30,000 ਨਹੀਂ ਪਿਆ ਹੁੰਦਾ, ਆਪਾਂ 500-500 1,000-1,000 ਕਰਕੇ ਕਿਸ਼ਤਾਂ ਚੁੱਕ ਗਈ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਪਰ ਅੱਜ ਮੈਂ ਨਹੀਂ ਵਧੀਆ ਹੈਗੀ। ਮਤਲਬ ਉਵੇਂ ਥੋੜ੍ਹਾ ਜਿਹਾ ਜਿਵੇਂ ਜ਼ੁਕਾਮ ਬੁਖਾਰ, ਗਲਾ ਬਹੁਤ ਜ਼ਿਆਦਾ ਖਰਾਬ ਹੈਗਾ ਅਤੇ ਸਾਰੀ ਬੋਡੀ ਪੇਨ ਹੁੰਦੀ ਪਈ ਆ। ਪਤਾ ਨਹੀਂ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਹੈ ਨਾ, ਇੱਕਦਮ ਮੌਸਮ ਚੇਂਜ ਹੋਇਆ ਵਾ, ਸੋ ਇਸ ਕਰਕੇ। ਅਤੇ ਬਾਕੀ ਮੈਂ ਪਰਸੋਂ ਨਾ ਠੰਡਾ ਪਾਣੀ ਪੀ ਲਿਆ ਸੀਗਾ, ਚਿਲਡ ਪਾਣੀ ਪੀਤਾ ਮੈਂ ਇੱਕਦਮ ਕੰਮ ਤੋਂ ਆ ਕੇ, ਦਿਲ ਕੀਤਾ ਠੰਡਾ ਪਾਣੀ ਪੀਵਾਂ, ਸੋ ਉਸ ਕਰਕੇ ਵੀ ਪਹਿਲਾਂ ਮੇਰਾ ਗਲਾ ਖਰਾਬ ਹੋਇਆ, ਗਲੇ ਤੋਂ ਹੀ ਮੈਨੂੰ ਫੀਵਰ ਹੋ ਗਿਆ। ਅਤੇ ਕੱਲ੍ਹ ਤਾਂ ਮੇਰਾ ਇੰਨਾ ਬੁਰਾ ਹਾਲ ਸੀਗਾ ਨਾ, ਵੈਸੇ ਵਲੌਗ ਆਪਾਂ ਕੱਲ੍ਹ ਬਣਾਉਣਾ ਸੀ ਪਰ ਕੱਲ੍ਹ ਤਾਂ ਜਮ੍ਹਾਂ ਹਿੰਮਤ ਨਹੀਂ ਸੀ ਵਲੌਗ ਬਣਾਉਣ ਦੀ। ਮੇਰੀ ਸਭ ਤੋਂ ਵੱਡੀ ਗਲਤੀ ਸੀਗੀ ਕਿ ਮੈਂ ਬਿਮਾਰ ਬਿਮਾਰ ਨਾ ਸ਼ਿਫਟ ਲਾਉਣ ਚਲੇ ਗਈ ਸੀ, ਕਿ ਉਹ ਹੋਰ ਜ਼ਿਆਦਾ ਮੇਰੀ ਤਬੀਅਤ ਖਰਾਬ ਹੋ ਗਈ ਕਿਉਂਕਿ ਮੈਂ ਸ਼ਿਫਟ ਲਾਉਣ ਚਲੀ ਗਈ। ਸੋ ਅੱਜ ਇਸੇ ਕਰਕੇ ਮੈਂ ਛੁੱਟੀ ਲਿੱਤੀ ਕਿ ਜੇ ਮੈਂ ਛੁੱਟੀ ਲੈ ਕੇ ਰੈਸਟ ਕਰੂੰਗੀ ਫਿਰ ਹੀ ਵਧੀਆ ਰਹੂੰਗਾ। ਅਤੇ ਕੱਲ੍ਹ ਮੈਂ ਬਿਮਾਰ ਪਈ ਅਤੇ ਅੱਜ ਸ਼ਿਵਮ ਬਿਮਾਰ ਪੈ ਗਏ। ਜਿੱਦਾਂ ਘਰ 'ਚ ਵਾਇਰਲ ਹੋ ਜਾਂਦਾ ਨਾ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ, ਬਹੁਤ ਜਲਦੀ ਫੈਲਦਾ, ਕੋਲਡ ਵਗੈਰਾ, ਗਲਾ ਖਰਾਬ, ਸਾਰਾ ਕੁਛ। ਅਤੇ ਅੱਜ ਉਹ ਬਿਮਾਰ ਹੋ ਗਏ, ਸੋ ਅੱਜ ਉਹਨਾਂ ਨੇ ਵੀ ਛੁੱਟੀ ਲਿੱਤੀ ਫਿਰ, ਕਿਉਂਕਿ ਉਹਨਾਂ ਦਾ ਤਾਂ ਕੰਮ ਵੀ ਓਪਨ 'ਚ ਆ, ਓਪਨ 'ਚ ਕੰਮ ਕਰਦੇ, ਠੰਡ 'ਚ ਤਾਂ ਹੋਰ ਜ਼ਿਆਦਾ ਬਿਮਾਰ ਹੁੰਦੇ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਅੱਜ ਮੈਨੂੰ ਪੂਰਾ 1 ਈਅਰ ਹੋ ਗਿਆ ਕੈਨੇਡਾ। ਪਿਛਲੇ ਸਾਲ ਤਾਂ ਮੈਂ ਤਿਆਰ ਸ਼ਿਆਰ ਹੋ ਕੇ ਏਅਰਪੋਰਟ 'ਤੇ ਆਉਂਦੀ ਪਈ ਕੈਨੇਡਾ ਜਾਣਾ, ਕੈਨੇਡਾ ਮੈਨੂੰ ਨਹੀਂ ਪਤਾ ਅਗਲੇ ਸਾਲ ਮੈਂ ਇੱਦਾਂ ਬਿਮਾਰ ਪਈ ਹੋਊਂਗੀ। ਅਤੇ ਚਲੋ ਕੋਈ ਗੱਲ ਨਹੀਂ, ਤੁਹਾਨੂੰ ਪਤਾ ਹੀ ਆ ਜਦੋਂ ਇੱਦਾਂ ਫੀਵਰ ਵਗੈਰਾ ਹੁੰਦਾ ਤਾਂ 3-4 ਦਿਨ ਆਪਣਾ ਜ਼ੋਰ ਪਾ ਕੇ ਫਿਰ ਆਪੇ ਜਾਂਦਾ, ਆਪਾਂ ਜਿੰਨੀਆਂ ਮਰਜ਼ੀ ਮੈਡੀਸਿਨ ਖਾ ਲਈਏ 3-4 ਦਿਨ ਤਾਂ ਰਹਿਣਾ ਹੀ ਆ। ਫਿਲਹਾਲ ਤਾਂ ਆਪਾਂ ਇੰਡੀਆ ਵਾਲੀਆਂ ਮੈਡੀਸਿਨ ਨਹੀਂ ਖਾ ਰਹੇ ਹਾਂ, ਕਿਉਂਕਿ ਮੈਂ ਪਿਛਲੀ ਵਾਰ ਬਿਮਾਰ ਪਈ ਸੀ, ਇੰਡੀਆ ਵਾਲੀ ਮੈਡੀਸਿਨ ਖਾਧੀ, ਫਰਕ ਪੈ ਗਿਆ ਸੀਗਾ, ਹੈ ਨਾ। ਅਤੇ ਬਾਕੀ ਸਾਨੂੰ ਕਿਸੇ ਨੇ ਸੁਜੈਸਟ ਕੀਤਾ ਜੇ 2-3 ਦਿਨ 'ਚ ਨਾ ਆਰਾਮ ਆਇਆ ਫਿਰ ਆਪਾਂ ਇੱਥੇ ਕਿਸੇ ਡਾਕਟਰ ਨੂੰ ਚੈੱਕ ਕਰਾ ਕੇ ਅਤੇ ਫਿਰ ਇੱਥੋਂ ਦੀ ਮੈਡੀਸਿਨ ਲਵਾਂਗੇ। ਆਪਾਂ ਦੋਨਾਂ ਨੇ ਹੈਲਥ ਕਾਰਡ ਬਣਾਏ ਹੋਏ ਆ, ਬਾਕੀ ਵੀ ਜਿਨ੍ਹਾਂ ਨੇ ਹੁਣ ਆਉਣਾ ਵਾ ਆ ਕੇ ਜ਼ਰੂਰ ਆਪਣੇ ਹੈਲਥ ਕਾਰਡ, ਸਭ ਤੋਂ ਪਹਿਲਾਂ ਕੰਮ ਹੈਲਥ ਕਾਰਡ ਜ਼ਰੂਰ ਬਣਵਾ ਲਿਓ। ਕਈ ਸਟੂਡੈਂਟ ਸੋਚਦੇ ਆ ਕਿ ਹੈਲਥ ਕਾਰਡ ਨਹੀਂ ਬਣਾਉਣਾ, ਕਿਉਂਕਿ ਸਟੂਡੈਂਟਸ ਨੂੰ ਹੈਲਥ ਕਾਰਡ ਦੀ ਹਰ ਮਹੀਨੇ $75 ਦੇਣੇ ਪੈਂਦੇ ਆ, ਅਤੇ ਸਟੂਡੈਂਟ ਸੋਚਦੇ ਕਿ ਛੱਡ ਪਰਾਂ। ਮੇਰੇ ਨਾਲ ਦੇ ਵੀ ਕਈ ਹੈਗੇ ਜਿਨ੍ਹਾਂ ਨੇ ਹੈਲਥ ਕਾਰਡ ਨਹੀਂ ਬਣਾਇਆ, ਬਟ ਬਾਅਦ 'ਚੋਂ ਉਹੀ ਪ੍ਰੋਬਲਮ ਆਉਂਦੀ ਹੈ ਜੇ ਆਪਣਾ ਹੈਲਥ ਕਾਰਡ ਹੋਏ। ਪਤਾ ਨਹੀਂ ਹੁੰਦਾ ਯਾਰ ਮਾੜਾ ਟਾਈਮ ਕਦੋਂ ਆਏ ਨਾ, ਵੈਸੇ ਤਾਂ ਚਲੋ ਸਾਰੇ ਵਧੀਆ ਰਹਿਣ, ਤੰਦਰੁਸਤ ਰਹਿਣ, ਪਰ ਜਿਸ ਹਿਸਾਬ ਨਾਲ ਇੱਥੇ ਮੌਸਮ ਚੱਲਦਾ ਪਿਆ ਨਾ, ਸਾਰੇ ਬਿਮਾਰ ਪੈ ਰਹੇ ਆ। ਹੁਣ ਜਨਵਰੀ ਬੈਚ 'ਚ ਵੀ ਸਟੂਡੈਂਟ ਆਉਣਗੇ, ਕਈ ਸੋਚਦੇ ਕਿ ਹੈਲਥ ਕਾਰਡ ਨਹੀਂ ਬਣਾਉਣਾ, $75 ਮਹੀਨੇ ਦੇ ਭਰਨੇ ਪੈਣਗੇ, ਕਿਉਂਕਿ ਸਟੂਡੈਂਟ ਨੂੰ ਭਰਨੇ ਪੈਂਦੇ, ਵਰਕ ਪਰਮਿਟ ਵਾਲਿਆਂ ਨੂੰ ਨਹੀਂ ਭਰਨੇ ਪੈਂਦੇ। ਹੁਣ ਸ਼ਿਵਮ ਦੇ ਨਹੀਂ ਆਪਾਂ ਭਰਦੇ ਪਰ ਮੇਰੇ ਭਰਨੇ ਪੈਂਦੇ ਆ, ਬਟ ਇਹ ਨਾ ਸੋਚੋ ਹੈਲਥ ਕਾਰਡ ਜ਼ਰੂਰ ਆਪਣਾ ਭਰਵਾਓ, ਕਿਉਂਕਿ ਰੱਬ ਨਾ ਕਰੇ ਕੱਲ੍ਹ ਨੂੰ ਤੁਹਾਨੂੰ ਫੀਵਰ ਹੁੰਦਾ ਤੁਸੀਂ ਬਿਮਾਰ ਪੈਂਦੇ ਹੋ। ਕਦੀ ਕਦੀ ਇੰਡੀਆ ਵਾਲੀਆਂ ਮੈਡੀਸਿਨਸ ਨਹੀਂ ਵੀ ਫਰਕ ਪੈਂਦਾ, ਚੈੱਕਅਪ ਕਰਾਉਣ 'ਚ ਅਤੇ ਇਕੱਲਾ ਇੱਦਾਂ ਹੀ ਮੈਡੀਸਿਨ ਖਾਣ 'ਚ ਫਰਕ ਆ। ਹੁਣ ਆਪਾਂ ਬਿਮਾਰ ਹਾਂ ਆਪਾਂ ਇੱਦਾਂ ਹੀ ਮੈਡੀਸਿਨ ਖਾ ਲਾਂਗੇ, ਅਤੇ ਦੂਜੀ ਸਾਈਡ ਆਪਾਂ ਚੈੱਕਅਪ ਕਰਾਵਾਂਗੇ ਡਾਕਟਰ ਨੂੰ, ਹੈ ਨਾ। ਸੋ ਹੈਲਥ ਕਾਰਡ ਬਹੁਤ ਜ਼ਰੂਰੀ ਆ। ਅਤੇ ਚਲੋ ਅੱਜ ਦੀ ਵਲੌਗ ਨਾ
ਜੁੜੇ ਰਹੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ। ਅਤੇ ਅੱਜ ਮੈਂ ਤੁਹਾਨੂੰ ਆਪਣੀ ਪੂਰੀ 1 ਈਅਰ ਦੀ ਜਰਨੀ ਦੱਸੂੰਗੀ ਕਿ ਕਿਵੇਂ ਮੇਰਾ ਐਕਸਪੀਰੀਅੰਸ ਰਿਹਾ 1 ਸਾਲ ਕੈਨੇਡਾ ਰਹਿ ਕੇ, ਕਿਉਂਕਿ ਕਈ ਪੁੱਛਦੇ ਵੀ ਆ ਦੱਸੋ ਕੈਨੇਡਾ ਬਾਰੇ, ਹੈ ਨਾ। ਅਤੇ ਤੁਹਾਨੂੰ ਪੂਰੀ ਮੈਂ 1 ਸਾਲ ਦੀ ਜਰਨੀ ਦੱਸੂੰਗੀ। ਉੱਠੋ, ਇਹਨਾਂ ਨੇ ਵਿਚਾਰਿਆਂ ਨੇ ਕੱਲ੍ਹ ਮੈਨੂੰ ਖਿਚੜੀ ਬਣਾ ਕੇ ਦਿੱਤੀ, ਨਾਲ ਦੇਸੀ ਚਾਹ ਬਣਾ ਕੇ ਦਿੱਤੀ, ਕਿਉਂਕਿ ਮੈਂ ਕੱਲ੍ਹ ਬਿਮਾਰ ਸੀਗੀ, ਅੱਜ ਆਪ ਹੀ ਬਿਮਾਰ ਪੈ ਗਏ ਆ। ਉੱਠੋ ਹੁਣ, ਵੈਸੇ ਆਪਾਂ ਉੱਠ ਕੇ ਚਾਹ ਪੀਤੀ ਸੀਗੀ, ਨਾਲੇ 2-3 ਬਿਸਕਿਟ ਖਾਧੇ ਸੀਗੇ, ਕਿਉਂਕਿ ਮੈਡੀਸਿਨ ਖਾਣੀ, ਫਿਰ ਮੈਡੀਸਿਨ ਆਪਾਂ ਇੱਦਾਂ ਖਾਲੀ ਪੇਟ ਤਾਂ ਕੀ ਖਾਣੀ, ਫਿਰ ਬਿਸਕਿਟ ਅਤੇ ਉਹੀ ਦੇਸੀ ਚਾਹ। ਦੇਸੀ ਚਾਹ ਬਹੁਤ ਵਧੀਆ ਹੈਗੀ ਆ, ਪਾਊਡਰ ਇੰਨਾ ਵਧੀਆ, ਉਹ 'ਚ ਬਹੁਤ ਸਾਰੇ ਇੰਗਰੀਡੀਐਂਟਸ ਹੈਗੇ ਆ ਜਿਹੜਾ ਗਲਾ ਅਤੇ ਨੱਕ ਸਹੀ ਕਰ ਦਿੰਦੇ ਆ। ਸੋ ਆਪਾਂ ਉਹ ਚਾਹ ਪੀਤੀ, ਨਾਲ ਆਪਾਂ ਬਿਸਕਿਟ ਖਾਧੇ, ਫਿਰ ਆਪਾਂ ਦੋਨਾਂ ਨੇ ਮੈਡੀਸਿਨ ਖਾਧੀ ਸੀਗੀ, ਅਤੇ ਹੋ ਗਈ ਇਸ ਚੀਜ਼ ਨੂੰ ਵੀ 2 ਆਵਰਸ ਹੋ ਗਏ ਆ। ਹੁਣ ਆਪਾਂ ਕੱਲ੍ਹ ਵਾਲੀ ਖਿਚੜੀ ਖਾਵਾਂਗੇ, ਕਿਉਂਕਿ ਆਪਾਂ ਖਿਚੜੀ ਜ਼ਿਆਦਾ ਬਣਾ ਲਈ ਸੀਗੀ, ਸੋ ਅੱਜ ਆਪਾਂ ਉਹੀ ਖਾਵਾਂਗੇ। ਵੈਸੇ ਅੱਜ ਫਰਾਈਡੇ ਆ, ਫਰਾਈਡੇ ਹਰ ਫਰਾਈਡੇ ਨਾ ਆਪਾਂ ਕੁਛ ਵਧੀਆ ਬਾਹਰ ਦਾ ਖਾਂਦੇ ਹੁੰਦੇ ਸੀਗੇ, ਕਿਉਂਕਿ ਸੈਟਰਡੇ ਛੁੱਟੀ ਹੁੰਦੀ ਆ ਵੀਕ ਬਾਅਦ, ਅਤੇ ਹੁਣ ਤਾਂ ਦਾਲ ਖਿਚੜੀਆਂ ਚੱਲਣਗੀਆਂ, ਕਿਉਂਕਿ ਜਿਹੋ ਜਿਹਾ ਹਾਲ ਚੱਲਦਾ ਪਿਆ। ਆਪਣੇ ਧਿਆਨ ਰੱਖੋ, ਕਿਉਂਕਿ ਉੱਥੇ ਇੰਡੀਆ ਵੀ ਅੰਮ੍ਰਿਤਸਰ ਸਾਰੇ ਬਿਮਾਰ ਪੈਂਦੇ ਪਏ ਆ, ਮੇਰੇ ਮੰਮਾ ਵੀ ਬਿਮਾਰ ਹੈਗੇ ਆ, ਮਯੰਕ ਵੀ ਬਿਮਾਰ ਹੈਗਾ, ਅਤੇ ਮੰਮਾ ਪਾਪਾ ਵੀ ਜਸਟ ਥੋੜ੍ਹੇ ਦਿਨ ਪਹਿਲਾਂ ਹੀ ਬਿਮਾਰ ਹੋ ਕੇ ਉੱਠੇ ਆ। ਸੋ ਇਹ ਵਾਇਰਲ ਜਿਹਾ ਹੀ ਫੈਲਿਆ ਹੋਇਆ, ਠੰਡ ਤੋਂ ਬਚਾ ਰੱਖੋ, ਬਚਾ ਹੀ ਰੱਖੋ, ਬਸ ਬਹੁਤ ਔਖਾ ਹੁੰਦਾ। ਥੈਂਕ ਯੂ। ਉਵੇਂ ਨਾ ਖਿਚੜੀ ਸਵਾਦ ਬਣੀ ਆ, ਸ਼ੈਫ ਨੇ ਜੋ ਬਣਾਈ ਆ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੋ ਕਿ ਸਾਡਾ ਮੇਨ ਟੌਪਿਕ ਹੈਗਾ ਅੱਜ ਦੀ ਵੀਡੀਓ ਦਾ, ਅਤੇ ਥੋੜ੍ਹੇ ਬਹੁਤ ਤਿਆਰ ਸ਼ਿਆਰ ਹੋਏ ਆ। ਹੁਣ ਤਾਂ ਮੈਂ ਤੁਹਾਨੂੰ ਲੱਗਦੀ ਹੋਣੀ ਆ ਕਿ ਇਹ ਬਿਮਾਰ ਤਾਂ ਨਹੀਂ ਲੱਗਦੀ ਪਈ, ਕਿਉਂਕਿ ਹੁਣ ਮੈਂ ਕਿਹਾ ਚੱਲ ਯਾਰ ਹੁਣ ਬਿਮਾਰ ਬਿਮੂਰ ਸ਼ੋਅ ਕਰਕੇ ਥੋੜ੍ਹੀ ਆਪਾਂ ਵਲੋਗ ਬਣਾਉਣਾ ਵਾ। ਪਰ ਮੈਂ ਸੱਚੀ ਦੱਸਾਂ, ਅੱਜ ਮੈਂ 2 ਦਿਨ ਬਾਅਦ ਥੋੜ੍ਹੀ ਜਿਹੀ ਰੈਡੀ ਹੋਈ ਹਾਂ, ਨਹੀਂ ਤਾਂ ਬੁਰਾ ਹੀ ਹਾਲ ਹੋਇਆ ਪਿਆ ਸੀਗਾ। ਪਰ ਬਾਬਾ ਜੀ ਦੀ ਮਿਹਰ ਨਾਲ ਥੋੜ੍ਹੀ ਹੁਣ ਆਵਾਜ਼ ਵੀ ਨਿਕਲਦੀ ਪਈ ਆ, ਨਹੀਂ ਤਾਂ ਤੁਸੀਂ ਵੇਖਿਆ ਸੀਗਾ ਜਦੋਂ ਮੈਂ ਵਲੋਗ ਸਟਾਰਟ ਕੀਤਾ ਬੁਰਾ ਹਾਲ ਸੀਗਾ। ਸੋ ਆਪਾਂ ਪਤਾ ਕੀ ਕੀਤਾ, ਆਪਾਂ ਨਾ ਇੱਥੋਂ ਦੀ ਮੈਡੀਸਿਨ ਲੈ ਕੇ ਆਏ ਸੀਗੇ। ਬਹੁਤ ਮੈਨੂੰ ਆਰਾਮ ਫੀਲ ਹੁੰਦਾ ਪਿਆ ਵਾ, ਕਿਉਂਕਿ ਆਪਣੀ ਬੋਡੀ ਇੱਥੋਂ ਦੇ ਹਿਸਾਬ ਨਾਲ ਬਣ ਜਾਂਦੀ ਹੈ ਨਾ, ਸਾਲ ਹੋ ਗਿਆ ਤਾਂ ਕਰਕੇ। ਅਤੇ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਮੈਨੂੰ ਹੁਣ ਜਿਵੇਂ 1 ਈਅਰ ਹੋ ਗਿਆ ਕੈਨੇਡਾ 'ਚ, ਅਤੇ ਮੈਂ ਅੱਜ ਤੁਹਾਨੂੰ ਆਪਣੀ 1 ਈਅਰ ਦੀ ਜਰਨੀ ਦੱਸੂੰਗੀ, ਅਤੇ ਸਾਰਾ ਕੁਛ ਰਿਐਲਿਟੀ ਦੱਸੂੰਗੀ ਕੀ ਮੈਂ ਫੇਸ ਕੀਤਾ, ਕੈਨੇਡਾ ਦੀ ਰਿਐਲਿਟੀ ਕੀ ਹੈਗੀ ਆ। ਕਿਉਂਕਿ ਜਦੋਂ ਮੈਂ ਸਟਾਰਟਿੰਗ 'ਚ ਆਈ ਸੀਗੀ, ਹਫ਼ਤਾ 10 ਦਿਨ, ਆਪਾਂ ਚਲੋ ਹਰ ਕੋਈ ਕਿਸੇ ਕੋਲ ਹੀ ਆਉਂਦਾ ਵਾ, ਸੋ ਆਪਾਂ ਜਦੋਂ ਕਿਸੇ ਕੋਲ ਆਉਂਦੇ ਹਾਂ ਉਨੀ ਦੇਰ ਤਾਂ ਸਾਨੂੰ ਕੁਛ ਪਤਾ ਨਹੀਂ ਲੱਗਦਾ, ਕਿਉਂਕਿ ਆਪਾਂ ਅਗਲੇ ਬੰਦੇ 'ਤੇ ਡਿਪੈਂਡ ਹੁੰਦੇ ਹਾਂ। ਸੋ ਅਗਲੇ ਬੰਦੇ 'ਤੇ ਸਾਰੀ ਸਾਡੀ ਰਿਸਪੋਂਸੀਬਿਲਟੀ ਹੁੰਦੀ ਆ, ਸਾਨੂੰ ਲੈ ਕੇ ਜਾਂਦਾ ਸਾਰੇ ਕੰਮ ਕੁੰਮ ਕਰਨੇ ਸਭ ਕੁਛ। ਸੋ ਉਦੋਂ ਤੱਕ ਤਾਂ ਸਾਨੂੰ ਇੰਨਾ ਪਤਾ ਨਹੀਂ ਲੱਗਦਾ, ਚੱਲ ਯਾਰ ਆਪਾਂ ਆਏ ਹਾਂ, ਮੈਨੂੰ ਤਾਂ ਇੱਦਾਂ ਹੀ ਲੱਗਦਾ ਸੀ ਬਸ ਮੈਂ ਘੁੰਮਣ ਆਈ ਹਾਂ, ਕਿਉਂਕਿ ਮੈਂ ਆਪਣੇ ਬ੍ਰਦਰ ਕੋਲ ਆਈ ਸੀਗੀ ਅਤੇ ਮੈਨੂੰ ਇੱਦਾਂ ਹੀ ਲੱਗਦਾ ਸੀ ਮੈਂ ਘੁੰਮਣ ਆਈ ਹਾਂ, ਕਿਉਂਕਿ ਉਹਨਾਂ ਨੂੰ ਬਹੁਤ ਐਸ਼ ਕੀਤੀ, ਆਪਾਂ ਘੁੰਮੇ ਵੀ, ਆਪਾਂ ਸਾਰੇ ਕੰਮ ਵੀ ਉਹਨੇ ਮੇਰੇ ਕਰਾਏ। ਸੋ ਜਦੋਂ ਆਪਾਂ ਫਿਰ ਇਕੱਲੇ ਹੋ ਜਾਂਦੇ ਹਾਂ ਨਾ, ਉਸ ਤੋਂ ਬਾਅਦ ਪਤਾ ਲੱਗਦਾ ਕਿ ਯਾਰ ਇਹ ਕੀ ਹੋ ਗਿਆ, ਕਿੱਥੇ ਆ ਗਏ, ਇੰਨੀ ਸਟਰਗਲ। ਸਟਰਗਲ ਤਾਂ ਹੈਗੀ ਆ, ਹੁਣ ਕਈ ਕਹਿਣਗੇ ਕਿ ਮੈਂ ਡੀਮੋਟੀਵੇਟ ਕਰ ਰਹੀ ਹਾਂ, ਪਰ ਮੈਂ ਡੀਮੋਟੀਵੇਟ ਨਹੀਂ ਕਰੂੰਗੀ। ਜੋ ਮੈਂ ਫੇਸ ਕੀਤਾ ਐਗਜੈਕਟਲੀ ਉਹ ਮੈਂ ਤੁਹਾਨੂੰ ਦੱਸੂੰਗੀ, ਬਾਕੀ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਫੇਸ ਕੀਤਾ ਉਹ ਹਰ ਕੋਈ ਫੇਸ ਕਰੂੰਗਾ, ਠੀਕ ਆ। ਮੈਂ ਆਪਣੇ ਤੁਹਾਨੂੰ ਐਕਸਪੀਰੀਅੰਸ ਦੱਸਣਾ, ਮੈਂ ਹਰ ਕਿਸੇ ਦਾ ਨਹੀਂ ਦੱਸਣਾ। ਮੈਂ ਕਹਿੰਦੀ ਹਾਂ ਕਿ ਬਾਬਾ ਜੀ ਦੀ ਮਿਹਰ ਨਾਲ ਹਰ ਕੋਈ ਵਧੀਆ ਤਰ੍ਹਾਂ ਰਹੇ। ਜੋ ਪ੍ਰੋਬਲਮਸ ਮੈਂ ਫੇਸ ਕੀਤੀਆਂ ਹਰ ਕਿਸੇ ਨੂੰ ਨਾ ਆਉਣ, ਬਟ ਜੋ ਮੈਂ ਕੀਤੀਆਂ ਉਹ ਤਾਂ ਚਲੋ ਮੈਂ ਤੁਹਾਨੂੰ ਦੱਸਾਂ ਓਵਰਆਲ, ਕਿਉਂਕਿ ਮੈਂ ਦੱਸ ਰਹੀ ਹਾਂ ਕਿ ਇਹ ਵੀਡੀਓ ਦਾ ਨਾਮ ਹੀ ਹੈ ਕਿ ਮੇਰਾ ਆਹ ਸਾਲ ਦਾ ਐਕਸਪੀਰੀਅੰਸ ਕੀ ਸੀਗਾ। ਓਕੇ, ਸੋ ਮੈਂ ਪਿਛਲੇ ਸਾਲ ਦਸੰਬਰ 2022 'ਚ ਇੱਥੇ ਆਈ ਸੀਗੀ, ਅਤੇ 29 ਦਸੰਬਰ ਨੂੰ ਮੇਰੀ ਫਲਾਈਟ ਸੀਗੀ, ਅਤੇ ਇੱਥੋਂ ਦੇ ਹਿਸਾਬ ਨਾਲ ਮੈਂ 30 ਨੂੰ ਪਹੁੰਚ ਗਈ ਸੀਗੀ, ਅਤੇ ਮੈਂ ਰਾਤੀ ਪਹੁੰਚੀ ਹਾਂ 10-11 ਵਜੇ। ਅਤੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਮੈਂ ਆਪਣੇ ਬ੍ਰਦਰ ਕੋਲ ਹੀ ਆਈ ਸੀਗੀ, ਉਹਨੇ ਮੈਨੂੰ ਏਅਰਪੋਰਟ 'ਤੇ ਆਇਆ ਸੀ,
ਤੇ ਫਿਰ ਉਸ ਤੋਂ ਬਾਅਦ ਮੈਂ 1 ਵੀਕ ਉਹਦੇ ਕੋਲ ਹੀ ਰਹੀ ਸੀ, ਜਿਵੇਂ ਕਿ ਹੁਣ ਮੈਂ 30 ਨੂੰ ਆਈ ਸੀਗੀ ਅਤੇ ਜੇ ਮੈਨੂੰ ਬੇਸਮੈਂਟ ਚਾਹੀਦੀ ਸੀਗੀ ਅਤੇ ਬੇਸਮੈਂਟ ਮੈਨੂੰ ਮਿਲਣੀ ਸੀਗੀ 1 ਜੈਨ ਤੋਂ ਅਤੇ ਜਾਂ 15 ਤੋਂ ਮਿਲਦੀ ਆ, ਹੈ ਨਾ, ਅਤੇ ਉਹਨੇ ਪਹਿਲਾਂ ਹੀ ਮੇਰੇ ਲਈ ਬੇਸਮੈਂਟ ਬੁੱਕ ਕਰਕੇ ਰੱਖੀ ਹੋਈ ਸੀ। ਅਤੇ ਜਦੋਂ ਵੀ ਕੋਈ ਇੱਥੇ ਆਉਂਦਾ ਵਾ, ਸਟੂਡੈਂਟਸ ਆਉਂਦੇ ਆ, ਅਤੇ ਉਹ ਇਹੀ ਸੋਚ ਕੇ ਆਉਂਦੇ ਕਿ ਆਪਾਂ ਸ਼ੇਅਰਿੰਗ 'ਚ ਰਹਾਂਗੇ ਕਿਉਂਕਿ ਸ਼ੇਅਰਿੰਗ 'ਚ ਸਾਨੂੰ ਰੈਂਟ ਪੈਂਦਾ ਘੱਟ, ਅਤੇ ਮੈਨੂੰ ਉੱਥੇ 470 ਨਹੀਂ 450, ਹਾਂ $450 ਮੇਰਾ ਉੱਥੇ ਰੈਂਟ ਸੀਗਾ। ਜਿਵੇਂ ਇੱਕ ਰੂਮ 'ਚ ਦੋ ਜਣੇ ਰਹਾਂਗੇ, 450 ਮੈਂ, 450 ਮੇਰੀ ਰੂਮਮੇਟ ਦਊਗੀ, ਸੋ ਇਸ ਹਿਸਾਬ ਦਾ ਰੈਂਟ ਸੀਗਾ। ਅਤੇ ਮੈਂ ਨਵੀਂ ਨਵੀਂ ਆਉਣਾ ਸੀ, ਮੈਨੂੰ ਕਿਹੜਾ ਉੱਥੇ ਪਤਾ ਸੀ ਮੈਨੂੰ ਕੰਮ ਜਲਦੀ ਮਿਲੂਗਾ ਕਿ ਨਹੀਂ। ਅਤੇ ਫਿਰ ਮੈਂ ਉਹਨੂੰ ਇਹੀ ਕਿਹਾ, ਯਾਰ ਤੂੰ ਮੈਨੂੰ ਸ਼ੇਅਰਿੰਗ 'ਚ ਹੀ ਲੱਭ ਦੇ ਕਿ ਮੈਨੂੰ ਰੈਂਟ ਵੀ ਘੱਟ ਹੀ ਦੇਣਾ ਪਊਗਾ, ਅਤੇ ਉਹਨੇ ਮੈਨੂੰ ਸ਼ੇਅਰਿੰਗ ਦੇ ਵਿੱਚ ਲੱਭ ਕੇ ਦੇ ਦਿੱਤਾ। ਅਤੇ ਫਿਰ ਉਸ ਤੋਂ ਬਾਅਦ ਜਦੋਂ ਓਬਵੀਅਸਲੀ ਹੁਣ ਜਦੋਂ ਮੈਂ ਕਿ ਜਦੋਂ ਹਰ ਕੋਈ ਇੱਥੇ ਆਉਂਦਾ, ਆਪਣੇ ਕੋਲ ਕੀ ਹੁੰਦਾ, 23 ਕਿਲੋ ਵਾਲੇ 2 ਬੈਗ ਅਤੇ 1 7 ਕਿਲੋ ਵਾਲਾ ਬੈਗ ਅਤੇ 1 ਜਿਹੜਾ ਆਪਣਾ ਹੈਂਡ ਬੈਗ ਜਾਂ ਲੈਪਟੋਪ ਬੈਗ ਹੁੰਦਾ, ਦੈਟਸ ਇਟ, ਇਹੀ ਹੁੰਦਾ। ਇੱਥੇ ਆ ਕੇ ਆਪਾਂ ਨੂੰ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਆਪ ਬਣਾਉਣੀਆਂ ਪੈਂਦੀਆਂ, ਅਤੇ ਬਹੁਤ ਡਿਫੀਕਲਟ ਹੁੰਦੀ ਆ ਉਹ ਚੀਜ਼, ਹੈ ਨਾ। ਆਪਣੇ ਕੋਲ ਤਾਂ ਇੱਕ ਮੈਟਰੈਸ ਵੀ ਨਹੀਂ ਹੁੰਦਾ ਸੌਣ ਨੂੰ। ਹੁਣ ਮੇਰੇ ਮੈਟਰੈਸ ਵਾਲੀ ਗੱਲ ਦਾ ਬਹੁਤ ਜਣਿਆਂ ਨੇ ਮਜ਼ਾਕ ਉਡਾਇਆ, ਹੈ ਨਾ, ਚਲੋ ਠੀਕ ਹੈ ਜਿਨ੍ਹਾਂ ਨੇ ਉਡਾਇਆ ਮਜ਼ਾਕ, ਮੈਂ ਮਾਇੰਡ ਨਹੀਂ ਕਰਦੀ ਕਿਉਂਕਿ ਮੇਰੇ 'ਤੇ ਤਾਂ ਆਲਰੇਡੀ ਉਸ ਟਾਈਮ ਬਹੁਤ ਜ਼ਿਆਦਾ ਟ੍ਰੋਲ ਹੋਇਆ। ਮੇਰੇ ਘਰਦਿਆਂ ਨੇ ਬਹੁਤ ਜ਼ਿਆਦਾ ਟੈਨਸ਼ਨ ਲਈ, ਮੰਮਾ ਹੋਣੀ ਮੈਨੂੰ ਕਹਿਣ, ਯਾਰ ਸਾਨੂੰ ਟੈਨਸ਼ਨ ਹੁੰਦੀ ਆ ਵੀ ਤੂੰ ਉੱਥੇ ਇਕੱਲੀ ਬੈਠੀ ਆ, ਤੂੰ ਇਕੱਲੀ ਆਉਂਦੀ ਜਾਂਦੀ ਆ ਕਿ ਕੋਈ ਤੈਨੂੰ ਕੁਛ ਕਹਿ ਨਾ ਦੇਵੇ, ਸੋ ਡਰ ਹੁੰਦੇ ਆ ਮਾਂ ਪਿਓ ਦੇ ਮਨ ਦੇ ਵਿੱਚ, ਹੈ ਨਾ, ਅਤੇ ਉਹਨਾਂ ਨੂੰ ਬਹੁਤ ਟੈਨਸ਼ਨ ਹੋਈ। ਬਟ ਮੈਂ ਸੌਂ ਖਾ ਕੇ ਕਹਾਂ, ਮੈਨੂੰ 1% ਵੀ ਟ੍ਰੋਲਿੰਗ ਦੀ ਟੈਨਸ਼ਨ ਨਹੀਂ ਸੀਗੀ, ਨਾ ਮੈਂ ਆਪਣਾ ਕੰਮ ਰੋਕਿਆ, ਨਾ ਮੈਂ ਰੀਲਸ ਪਾਉਣੋ ਹੱਟੀ, ਨਾ ਮੈਂ ਵਲੋਗਸ ਪਾਉਣੋ ਹੱਟੀ, ਮੈਂ ਆਪਣੇ ਕੰਮ ਨੂੰ ਕੰਟੀਨਿਊ ਰੱਖਿਆ ਕਿਉਂਕਿ ਮੈਨੂੰ ਪਤਾ ਸੀ ਮੈਂ ਕੁਛ ਵੀ ਗਲਤ ਨਹੀਂ ਕਰਦੀ ਪਈ। ਜਦੋਂ ਮੈਂ ਇੱਥੇ ਆਈ, ਮੈਂ ਥੋੜ੍ਹੀ ਇਨਫੋਰਮੇਸ਼ਨ ਦਿੱਤੀ ਕਿ ਇੱਦਾਂ ਹੁੰਦਾ ਇੱਦਾਂ ਹੁੰਦਾ ਵਾ, ਅਤੇ ਜਿਹੜੇ ਲੋਕ ਇੱਥੇ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਲੱਗਦਾ ਸੀਗਾ ਕਿ ਹਾਂ ਸਾਨੂੰ ਤਾਂ ਪਤਾ ਹੀ ਨਹੀਂ, ਇਹ ਤਾਂ ਫਾਲਤੂ ਬੋਲ ਰਿਹਾ, ਮੈਨੂੰ ਟ੍ਰੋਲ ਕਰ ਦਿੱਤਾ। ਮੈਂ ਉਹ ਚੀਜ਼ਾਂ ਉਹਨਾਂ ਲਈ ਬਣਾਈਆਂ ਸੀ ਜਿਹੜੇ ਨਿਊ ਆਉਂਦੇ ਆ ਅਤੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਹੈ ਨਾ, ਸੋ ਉਹ ਚੀਜ਼ਾਂ ਉਹਨਾਂ ਲਈ ਸੀਗੀਆਂ। ਬਟ ਲੀਵ ਇਟ, ਜਿਨ੍ਹਾਂ ਨੇ ਵੀ ਮੈਨੂੰ ਕੀਤਾ ਕੋਈ ਗੱਲ ਨਹੀਂ, ਮੈਨੂੰ ਬਿਲਕੁਲ ਉਸ ਚੀਜ਼ ਦਾ ਗੁੱਸਾ ਨਹੀਂ ਲਗਾਇਆ, ਮੈਂ ਉਸ ਚੀਜ਼ ਨੂੰ ਬਿਲਕੁਲ ਵੀ ਆਪਣੇ ਦਿਮਾਗ 'ਤੇ ਨਹੀਂ ਲਾਇਆ, ਕਿਉਂਕਿ ਜੇ ਮੈਂ ਉਹ ਚੀਜ਼ਾਂ ਉਸ ਟਾਈਮ ਆਪਣੇ ਦਿਮਾਗ 'ਤੇ ਲਾ ਲੈਂਦੀ ਨਾ, ਹੁਣ ਤੱਕ ਤਾਂ ਮੈਂ ਡਿਪਰੈਸ਼ਨ 'ਚ ਗਈ ਹੋਣਾ ਸੀ। ਇੱਕ ਤਾਂ ਮੈਂ ਆਲਰੇਡੀ ਇਕੱਲੀ, ਉੱਪਰੋਂ ਇੰਨੀਆਂ ਟੈਨਸ਼ਨਾਂ ਮੇਰੇ ਨਾਲ ਕੋਈ ਨਹੀਂ, ਹੈ ਨਾ, ਸੋ ਮੈਂ ਪਾਗਲ ਨਹੀਂ ਸੀ ਹੋਣਾ ਉਸ ਟਾਈਮ, ਸੋ ਮੈਂ ਉਹ ਚੀਜ਼ ਬਾਰੇ ਸੋਚਿਆ ਨਹੀਂ। ਹਾਂ, ਜਦੋਂ ਮੈਂ ਬੱਸ 'ਚ ਕੰਮ 'ਤੇ ਜਾਣਾ, ਕਾਲਜ ਜਾਣਾ ਜਾਂ ਮੈਂ ਗਰੋਸਰੀ ਕਰਨ ਜਾਣਾ, ਉਦੋਂ ਜਦੋਂ ਲੋਕਾਂ ਨੇ, ਵੈਸੇ ਤਾਂ ਨਾ ਮੈਂ ਮਾਸਕ ਲਗਾ ਕੇ ਜਾਂਦੀ ਹੁੰਦੀ ਸੀਗੀ, ਅਤੇ ਉਦੋਂ ਜਦੋਂ ਲੋਕਾਂ ਨੇ ਮੇਰੇ ਵੱਲ ਦੇਖਣਾ, ਮੇਰੇ ਵੱਲ ਵੇਖ ਕੇ ਰਿਐਕਟ ਕਰਨਾ, ਇੱਕ ਦੂਜੇ ਦੇ ਕੰਨ 'ਚ ਕੁਛ ਬੋਲਣਾ, ਹੈ ਨਾ, ਉਦੋਂ ਮੈਨੂੰ ਜ਼ਰੂਰ ਔਡ ਲੱਗਦਾ ਸੀਗਾ ਕਿ ਇਹ ਇੱਦਾਂ ਕਾਹਤੋਂ ਰਿਐਕਟ ਕਰਦੇ ਪਏ ਆ। ਬਟ ਜਦੋਂ ਕੋਈ ਜ਼ਿਆਦਾ ਕਰਦਾ ਸੀਗਾ, ਅਤੇ ਮੈਂ ਵੀ ਥੋੜ੍ਹੀ ਸ਼ੋਰਟ ਟੈਂਪਰਡ ਹਾਂ, ਗੁੱਸਾ ਮੈਨੂੰ ਵੀ ਆਉਂਦਾ ਜਿਵੇਂ ਸਾਰਿਆਂ ਨੂੰ ਆਉਂਦਾ, ਅਤੇ ਮੈਂ ਬੋਲ ਵੀ ਪੈਂਦੀ ਸੀਗੀ, ਮਤਲਬ ਮੇਰੇ ਕੋਲ ਪ੍ਰਸ਼ਾਦ ਲੈ ਕੇ ਜਾਂਦੇ ਸੀਗੇ ਉਹ, ਮੈਂ ਇੱਦਾਂ ਸੁੱਕੇ ਵੀ ਨਹੀਂ ਉਹਨਾਂ ਨੂੰ ਭੇਜਦੀ ਸੀਗੀ। ਕਾਫੀ ਹੱਦ ਤੱਕ ਮੈਂ ਬਰਦਾਸ਼ਤ ਵੀ ਕਰਦੀ ਸੀਗੀ ਕਿ ਕੋਈ ਇੱਦਾਂ ਕਰ ਰਿਹਾ ਵਾ, ਬਟ ਜੇ ਮੈਂ ਇੱਧਰੋਂ ਦੀ ਲੰਘਦੀ ਪਈ ਹਾਂ ਅਤੇ ਤੁਸੀਂ ਮੇਰੇ 'ਤੇ ਮੇਰੇ ਮੂੰਹ 'ਤੇ ਕਮੈਂਟ ਕਰਦੇ ਪਏ ਹੋ, ਫਿਰ ਜ਼ਰੂਰ। ਹਾਂ, ਮੈਂ ਇਹ ਨਹੀਂ ਕੀਤਾ ਕਿ ਹਾਂ ਮੈਂ ਅੱਗੇ ਤੱਕ ਚਲ ਗਈ ਅਤੇ ਸਪੈਸ਼ਲ ਮੈਂ ਮੁੜ ਕੇ ਤੁਹਾਡੇ ਕੋਲ ਆਵਾਂ ਤੁਹਾਨੂੰ ਜਵਾਬ ਦੇਣ, ਇੰਨੀ ਇੰਪੋਰਟੈਂਸ ਮੈਂ ਕਿਸੇ ਨੂੰ ਨਹੀਂ ਦਿੱਤੀ ਕਦੀ, ਕਿਉਂਕਿ ਜੇ ਮੈਨੂੰ ਕੋਈ ਫਾਲਤੂ ਬੋਲ ਰਿਹਾ ਤਾਂ ਮੈਂ ਜਾ ਕੇ ਫਿਰ ਮੁੜ ਕੇ ਆਵਾਂ, ਮੈਂ ਇਗਨੋਰ ਕਰਕੇ ਨਿਕਲ ਜਾਂਦੀ ਸੀਗੀ। ਬਟ ਜੇ ਮੈਂ ਉੱਥੇ ਖੜੀ ਹਾਂ, ਮੇਰੇ ਮੂੰਹ 'ਤੇ ਕੋਈ ਬੋਲ ਰਿਹਾ ਵਾ, ਫਿਰ ਮੈਂ ਵੀ ਬਰਦਾਸ਼ਤ ਨਹੀਂ ਕਰਦੀ, ਮੈਂ ਵੀ ਉਹਨਾਂ ਨੂੰ ਅੱਗੋਂ ਬੋਲ ਪੈਂਦੀ ਸੀਗੀ। ਸੋ ਬਸ ਉਸ ਚੀਜ਼ ਕਰਕੇ ਮੈਨੂੰ ਜ਼ਰੂਰ ਪ੍ਰੋਬਲਮਸ ਆਉਂਦੀਆਂ ਸੀ, ਅਦਰਵਾਈਜ਼ ਮੈਂ ਇਹ ਚੀਜ਼ ਨੂੰ ਕਦੀ ਦਿਮਾਗ 'ਤੇ ਨਹੀਂ ਲਾਇਆ। ਪਰ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਸਾਰੇ ਇਹੋ ਜਿਹੇ ਟੱਕਰੇ, ਮੈਨੂੰ 20% ਲੋਕ ਚੰਗੇ ਵੀ ਟੱਕਰਦੇ ਸੀਗੇ, ਜਿਹੜੇ ਮੈਨੂੰ ਬੜੀ ਰਿਸਪੈਕਟ ਨਾਲ ਮਿਲਦੇ ਸੀਗੇ, ਆ ਕੇ ਮੈਨੂੰ ਮੋਟੀਵੇਟ ਕਰਦੇ ਸੀ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਇਹਨੂੰ ਕੰਟੀਨਿਊ ਰੱਖੋ। ਅਤੇ ਉਹਨਾਂ ਲਈ ਮੇਰੇ ਲਈ ਵੀ, ਮਤਲਬ ਮੇਰੇ ਕੋਲ ਉਹਨਾਂ ਲਈ ਦਿਲੋਂ ਰਿਸਪੈਕਟ ਆ ਜਿਹੜੇ ਮੈਨੂੰ ਰਿਸਪੈਕਟ ਨਾਲ ਮਿਲਦੇ ਸੀ, ਪਰ ਜਿਹੜੇ ਮੈਨੂੰ 80% ਟੱਕਰੇ ਆ, ਮੈਨੂੰ ਨੈਗੇਟਿਵ ਹੀ ਟੱਕਰੇ ਆ, ਓਨਲੀ 20% ਮੈਨੂੰ ਵਧੀਆ ਟੱਕਰੇ ਆ। ਬਾਕੀ ਜਿਹੜੇ ਮੇਰੇ ਸਬਸਕ੍ਰਾਈਬਰ ਆ, ਉਹ ਤਾਂ ਮੈਨੂੰ ਸਪੋਰਟ ਕਰ ਹੀ ਰਹੇ ਆ, ਮੈਂ ਇੱਥੋਂ ਦੇ ਲੋਕਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਮੈਨੂੰ ਬਾਏ ਫੇਸ ਮਿਲਦੇ ਸੀਗੇ। ਚਲੋ, ਉਹ ਚੀਜ਼ਾਂ ਆਪਾਂ ਰੱਖਦੇ ਹਾਂ ਸਾਈਡ 'ਤੇ।
ਤੇ ਫਿਰ ਉਸ ਤੋਂ ਬਾਅਦ ਨਾ ਮੇਰੇ ਬ੍ਰਦਰ ਨੇ ਮੈਨੂੰ ਮੂਵ ਕਰਾਤਾ, ਅਤੇ ਉਸ ਟਾਈਮ ਨਾ ਮੇਰੇ ਕੋਲ ਮੈਟਰੈਸ ਨਹੀਂ ਸੀਗਾ ਸੌਣ ਵਾਸਤੇ। ਸੋ 2 ਦਿਨ ਨਾ ਮੈਂ ਮੇਰੇ ਕੋਲ ਆਹ ਵਾਲੀ ਬੈੱਡਸ਼ੀਟ ਸੀਗੀ, ਮੈਂ ਇੱਕੋ ਜਦੋਂ ਮੈਂ ਕੈਨੇਡਾ ਇੰਡੀਆ ਤੋਂ ਕੈਨੇਡਾ ਆਈ ਨਾ ਮੈਂ ਇੱਕੋ ਬੈੱਡਸ਼ੀਟ ਲਿਆਈ ਸੀ ਆਹ ਵਾਲੀ, ਕਿਉਂਕਿ ਉਸ ਟਾਈਮ ਠੰਡ ਸੀਗੀ ਸੋ ਮੈਂ ਸਮਰਸ ਵਾਲੀ ਬੈੱਡਸ਼ੀਟ ਨਹੀਂ ਲਿਆਈ, ਇੱਕੋ ਲਿਆਈ ਸੀ। ਇਹੀ ਇੱਕ ਮੇਰੇ ਕੋਲ ਬੈੱਡਸ਼ੀਟ ਸੀ ਅਤੇ ਇੱਕ ਮੇਰੇ ਕੋਲ ਬਲੈਂਕਟ ਸੀ, ਇੱਕ ਹੀ ਮੇਰੇ ਕੋਲ ਪਿੱਲੋ ਸੀਗਾ। ਸੋ ਮੈਂ ਮਤਲਬ ਇੱਦਾਂ ਹੀ ਫਲੋਰ 'ਤੇ ਹੀ ਆਪਣੀ ਬੈੱਡਸ਼ੀਟ ਵਿਛਾਈ ਆਹ ਵਾਲੀ, ਅਤੇ ਫਲੋਰ 'ਤੇ ਮੈਂ 2 ਦਿਨ ਸੁੱਤੀ, ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਮੈਟਰੈਸ ਸਾਡੇ ਕੋਲੋਂ ਅਰੇਂਜ ਨਹੀਂ ਹੁੰਦਾ ਪਿਆ ਸੀ। ਅਤੇ ਉਸ ਤੋਂ ਬਾਅਦ ਤੁਹਾਨੂੰ ਪ੍ਰਿਅੰਕਾ ਦੀ ਤਾਂ ਪਤਾ ਹੀ ਆ, ਮੇਰੇ ਇੱਥੇ ਰੈਲੇਟਿਵਸ ਹੈਗੇ ਆ, ਦੀਦੀ ਆ, ਫਿਰ ਉਹਨਾਂ ਕੋਲ ਨਾ ਐਕਸਟਰਾ ਮੈਟਰੈਸ ਪਿਆ ਸੀਗਾ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਏਂਜਲ ਮੇਰੇ ਕੋਲੋਂ ਤੂੰ ਮੈਟਰੈਸ ਲੈ ਲਾ, ਕਿ ਤੂੰ ਜਿੰਨੀ ਦੇਰ ਤੈਨੂੰ ਨਹੀਂ ਮਿਲਦਾ ਤੂੰ ਇੱਥੇ ਗੁਜ਼ਾਰਾ ਕਰ। ਆਪਣੇ ਬ੍ਰਦਰ ਕੋਲ ਮੈਨੂੰ ਇੰਨਾ ਫੀਲ ਨਹੀਂ ਹੋਇਆ, ਮੈਂ ਆਪਣੇ ਸਾਰੇ ਸਿਮ ਨੰਬਰ, ਹੈਲਥ ਕਾਰਡ, ਸਾਰੇ ਕੰਮ ਕੁੰਮ ਕਰਾ ਲਏ ਆਪਣੇ। ਅਤੇ ਜਦੋਂ ਮੈਂ ਉੱਧਰ ਮੂਵ ਹੋਈ ਪਹਿਲੇ ਦਿਨ ਰਾਤੀ, ਜਦੋਂ ਮੈਂ ਸੁੱਤੀ, ਹਾਏ ਮੈਂ ਧੋਵਾ ਯਾਰ ਕਿੱਥੇ ਆ ਗਈ। ਅਤੇ ਫਿਰ ਆਪਣੀ ਜਦੋਂ ਥੋੜ੍ਹੀ ਬਹੁਤੀ ਸੈਟਿੰਗ ਹੋ ਗਈ, ਅਤੇ 3-4 ਦਿਨ ਤਾਂ ਮੈਂ ਉੱਥੇ ਵੀ ਬਹੁਤ ਵਧੀਆ ਰਹੀ। ਫਿਰ ਉਸ ਤੋਂ ਬਾਅਦ ਮੈਨੂੰ ਨਾ ਥੋੜ੍ਹਾ ਕੁਕਿੰਗ 'ਚ ਵੀ ਪ੍ਰੋਬਲਮ ਆਉਂਦੀ ਸੀ, ਕਿਉਂਕਿ ਉੱਥੇ ਮੰਮਾ ਪਾਪਾ ਸ਼ਿਵਮ ਸਾਰੇ ਜਣੇ ਮੇਰੀ ਹੈਲਪ ਕਰ ਦਿੰਦੇ ਸੀ। ਮੇਰਾ ਕੁਕਿੰਗ ਵਾਲਾ ਚੈਨਲ ਵੀ ਹੁੰਦਾ ਸੀ, ਹੁਣ ਕਈਆਂ ਨੇ ਕਹਿਣਾ ਤੇਰਾ ਤਾਂ ਕੁਕਿੰਗ ਵਾਲਾ ਚੈਨਲ ਸੀਗਾ ਤਾਂ ਤੈਨੂੰ ਪ੍ਰੋਬਲਮ ਆਉਂਦੀ ਸੀ, ਬਟ ਸਟਿਲ ਭਾਵੇਂ ਮੇਰਾ ਕੁਕਿੰਗ ਵਾਲਾ ਚੈਨਲ ਸੀ ਫਿਰ ਵੀ ਸ਼ਿਵਮ ਮੇਰੀ ਥੋੜ੍ਹੀ ਬਹੁਤ ਹੈਲਪ ਕਰਦੇ ਸੀ, ਮੈਨੂੰ ਦੱਸ ਦਿੰਦੇ ਹੁੰਦੇ ਸੀਗੇ। ਅਤੇ ਇੱਥੇ ਆ ਕੇ ਮੈਨੂੰ ਉਸ ਚੀਜ਼ 'ਚ ਵੀ ਬੜੀ ਪ੍ਰੋਬਲਮ ਆਈ, ਅਤੇ ਪਰ ਮੈਂ ਉਸ ਤੋਂ ਬਾਅਦ ਨਾ ਥੋੜ੍ਹੀ ਬਹੁਤੀ ਗਰੋਸਰੀ ਕੀਤੀ। ਮੰਮਾ ਨੂੰ ਵੀਡੀਓ ਕਾਲ ਕਰਕੇ ਤਾਂ ਮੈਂ ਗਰੋਸਰੀ ਕਰ ਲਈ, ਮੈਨੂੰ ਸਮਝ ਨਾ ਆਵੇ ਉੱਥੇ ਜਾ ਕੇ ਮੈਂ ਕਿਵੇਂ ਗਰੋਸਰੀ ਕਰਨੀ ਆ। ਅਤੇ ਫਸਟ ਗਰੋਸਰੀ ਮੈਂ ਆਪਣੀ ਰੂਮਮੇਟ ਦੇ ਨਾਲ ਸ਼ੇਅਰਿੰਗ ਦੇ ਵਿੱਚ ਕਰ ਲਈ, ਅਤੇ ਮੈਂ ਅਤੇ ਮੇਰੀ ਰੂਮਮੇਟ ਰਹਿੰਦੇ ਸੀਗੇ। ਜਦੋਂ ਆਪਾਂ 3-4 ਦਿਨ ਉੱਥੇ ਰਹੇ ਫਿਰ ਉਸ ਤੋਂ ਬਾਅਦ ਨਾ ਉੱਥੋਂ ਦਾ ਮਾਹੌਲ ਕੁਛ ਸਾਨੂੰ ਲੱਗਣ ਲੱਗ ਗਿਆ ਕਿ ਨਹੀਂ ਆਪਾਂ ਕੰਫਰਟੇਬਲ ਨਹੀਂ ਇੱਥੇ ਫੀਲ ਕਰ ਰਹੇ, ਕਿ ਹੁਣ ਮੈਂ ਬੋਲਣਾ ਨਹੀਂ ਚਾਹੁੰਦੀ ਕਿੱਦਾਂ ਦਾ ਮਾਹੌਲ ਸੀ, ਕਿੱਦਾਂ ਨਹੀਂ। ਉੱਥੇ 4-5 ਕੁੜੀਆਂ ਰਹਿੰਦੀਆਂ ਸੀ, ਉਹਨਾਂ ਨੇ ਆਪਸ 'ਚ ਲੜੀ ਜਾਣਾ, ਰੋਜ਼ ਦੀਆਂ ਲੜਾਈਆਂ, ਇੰਨਾ ਕੁਛ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਹੈ ਨਾ। ਅਤੇ ਮੈਨੂੰ ਹੁੰਦਾ ਸੀ ਕਿ ਯਾਰ ਕੀ, ਮੈਨੂੰ ਖੇਡ ਜਾਂਦੀ ਰਹਿੰਦੀ ਸੀਗੀ, ਅਤੇ ਆਪਸ 'ਚ ਲੜੀ ਜਾਣਾ। ਫਿਰ ਹੋਰ ਵੀ ਉੱਥੇ ਬਹੁਤ ਬਹੁਤ ਕੁਛ ਸੀਗਾ, ਮਾਹੌਲ ਇਹੋ ਜਿਹਾ ਹੋ ਗਿਆ ਕਿ ਆਪਾਂ ਕੰਫਰਟੇਬਲ ਨਹੀਂ ਫੀਲ ਉੱਥੇ ਕਰਦੇ ਸੀਗੇ। ਅਤੇ ਮੇਰੀ ਰੂਮਮੇਟ ਨੇ ਤਾਂ 3-4 ਦਿਨ ਬਾਅਦ ਹੀ ਰੂਮ ਛੱਡ ਦਿੱਤਾ, ਕਿਉਂਕਿ ਓਨਰਸ ਜਿਹੜੇ ਸੀਗੇ ਉਹਦੇ ਰੈਲੇਟਿਵ ਸੀਗੇ। ਸੋ ਉਹਦੇ ਜਿੱਦਾਂ ਰੈਲੇਟਿਵ ਵੀ, ਉਹ ਕਹਿੰਦੇ ਸੀ ਮੇਰਾ ਤਾਂ ਰੈਂਟ ਮੈਨੂੰ ਰੀਫੰਡ ਹੋ ਜਾਣਾ। ਹੁਣ ਮੈਨੂੰ ਪਤਾ ਸੀ ਮੇਰਾ ਰੈਂਟ ਮੈਨੂੰ ਰੀਫੰਡ ਨਹੀਂ ਹੋਣਾ ਹੈ ਨਾ, ਅਤੇ ਮੈਂ ਔਖੀ ਹੋ ਜਾਣਾ। ਫਿਰ ਮੇਰੀ ਜੋਬ ਵੀ ਨਹੀਂ ਸੀ ਲੱਗੀ, ਮੈਨੂੰ ਸੀਗਾ ਮੈਨੂੰ 1 ਮਹੀਨਾ ਇੱਥੇ ਕੱਟਣਾ ਹੀ ਪੈਣਾ ਵਾ, ਮੈਂ ਨੈਕਸਟ ਮੰਥ ਚੇਂਜ ਕਰ ਲੂੰਗੀ, ਮੈਂ ਨੋਟਿਸ ਨਹੀਂ ਦਿੱਤਾ ਸੀ। ਅਤੇ ਉਹ ਸੋਚ ਕੇ ਚਲੋ ਮੈਂ 1 ਮਹੀਨਾ ਰਹੀ, ਪਰ ਉਹ 1 ਮਹੀਨਾ ਮੈਂ ਕਿੱਦਾਂ ਕੱਢਿਆ ਇਹ ਮੈਨੂੰ ਹੀ ਪਤਾ ਵਾ, ਬਹੁਤ ਔਖਾ ਕੱਢਿਆ ਮੈਂ। ਮੈਂ ਆਪਣੀ ਗਰੋਸਰੀ ਵੀ ਅਲੱਗ ਕਰਦੀ ਸੀ, ਮੈਂ ਕਿਸੇ ਨਾਲ ਸ਼ੇਅਰਿੰਗ 'ਚ ਨਹੀਂ ਕੀਤੀ, ਸਾਰਾ ਕੁਛ ਆਪਣਾ ਅੱਡ ਹੀ ਰੱਖਿਆ। ਬਟ ਬਾਬਾ ਜੀ ਦੀ ਮਿਹਰ ਨਾਲ ਮੈਨੂੰ 15 ਡੇਜ਼ ਬਾਅਦ ਹੀ ਜੋਬ ਮਿਲ ਗਈ ਸੀਗੀ। ਅਤੇ ਮੈਂ ਤੁਹਾਨੂੰ ਉੱਦਾਂ ਵੀ ਦੱਸਿਆ ਕਿ ਮੈਨੂੰ ਜੋਬ ਕਿੱਦਾਂ ਮਿਲੀ ਸੀਗੀ, ਕਿਉਂਕਿ ਜਿਹੜੇ ਮੇਰੇ ਟੀਮ ਦੇ ਮੈਨੇਜਰ ਹੈਗੇ ਆ ਉਹ ਦੀਦੀ ਮੈਨੂੰ ਜਾਣਦੇ ਸੀਗੇ, ਅਤੇ ਉਹ ਮੈਨੂੰ ਮਿਲ ਪਏ। ਅਤੇ ਫਿਰ ਉਹ ਉੱਦਾਂ ਵੀ ਹਾਇਰ ਉਹ ਕਰਦੇ ਪਏ ਸੀ, ਉਹਨਾਂ ਨੂੰ ਬੰਦੇ ਉੱਥੇ ਚਾਹੀਦੇ ਸੀ, ਅਤੇ ਇੱਕ ਉਹ ਮੈਨੂੰ ਜਾਣਦੇ ਸੀ, ਅਤੇ ਰੈਫਰੈਂਸ ਦੇ ਨਾਲ ਮੇਰੀ ਜੋਬ ਲੱਗ ਗਈ। ਅਤੇ ਪਰ ਜੋਬ ਮਿਲਣੀ ਸੱਚੀ ਔਖੀ ਹੈ, ਜਿਹੜੇ ਜਿੱਥੇ ਜਿੱਥੇ ਟਿਕੇ ਆ ਟਿਕੇ ਰਹੋ। ਅਤੇ 15 ਦਿਨ ਬਾਅਦ ਹੀ ਮੈਨੂੰ ਜੋਬ ਮਿਲ ਗਈ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਯਾਰ ਸ਼ੁਕਰ ਆ ਮੈਨੂੰ ਜੋਬ ਮਿਲ ਗਈ, ਕਿਉਂਕਿ ਮੇਰਾ ਮੇਨ ਫੋਕਸ ਪਤਾ ਕੀ ਸੀ, ਮੈਂ ਕੈਨੇਡਾ ਹੀ, ਮੇਰਾ ਮੇਨ ਫੋਕਸ ਸੀ ਕਿ ਸ਼ਿਵਮ ਮੇਰੇ ਕੋਲ ਜਲਦੀ ਜਲਦੀ ਆ ਜਾਣ, ਅਤੇ ਸ਼ਿਵਮ ਨੂੰ ਬੁਲਾਉਣ ਵਾਸਤੇ ਮੇਰੀ ਜੋਬ ਜ਼ਰੂਰੀ ਸੀਗੀ, ਮੇਰੀ ਆ ਪੇ ਸਲਿੱਪ ਲੱਗਣੀ ਆ ਜ਼ਰੂਰੀ ਸੀ। ਅਤੇ ਮੈਨੂੰ ਸੀਗਾ ਜਲਦੀ ਜੋਬ ਲੱਗੇ, ਜਲਦੀ ਪੇ ਸਲਿੱਪ ਆਉਣ ਅਤੇ ਮੈਂ ਫਾਈਲ ਲਵਾਂ। ਹੁਣ ਤੁਸੀਂ ਸਾਰੇ ਇਹ ਨਾ ਸੋਚੋ ਕਿ ਇੱਥੇ ਕੰਮ ਨਹੀਂ ਹੈਗਾ ਹੈ ਨਾ, ਮੈਨੂੰ ਵੀ ਸਰੀ ਦੇ ਵਿੱਚ ਕੰਮ ਨਹੀਂ ਮਿਲਿਆ। ਸਰੀ ਦੇ ਵਿੱਚ ਕੰਮ ਥੋੜ੍ਹਾ ਔਖਾ ਵਾ, ਕਿਉਂਕਿ ਮੈਨੂੰ ਸਾਲ ਹੋ ਗਿਆ, ਮੈਂ ਕਦੀ ਸੁਣਿਆ ਨਹੀਂ ਕਿ ਸਰੀ 'ਚ ਹਾਇਰਿੰਗ ਕਿਤੇ ਚੱਲਦੀ ਹੋਵੇ। ਮੇ ਬੀ ਇੱਥੇ ਸਟਾਫ ਪੂਰਾ ਜਾਂ ਸਟੂਡੈਂਟਸ ਬਹੁਤ ਜ਼ਿਆਦਾ ਵਾ, ਬਟ ਤੁਸੀਂ ਰਿਚਮੰਡ ਚਲ ਜਾਓ, ਲੈਂਗਲੀ ਚਲ ਜਾਓ, ਬਰਨਬੀ, ਵੈਨਕੂਵਰ ਚਲ ਜਾਓ, ਉਸ ਸਾਈਡਸ 'ਚ ਮੇ ਬੀ ਤੁਹਾਨੂੰ ਕੰਮ ਮਿਲ ਜਾਵੇ, ਕਿਉਂਕਿ ਮੈਨੂੰ ਵੀ ਸਰੀ 'ਚ ਨਹੀਂ ਸੀ ਮਿਲਿਆ। ਸੋ ਤਾਂ ਕਰਕੇ ਕੰਮ ਮਿਲ ਜਾਂਦਾ ਵਾ, ਬਸ ਘੁੰਮਣਾ ਪੈਂਦਾ ਵਾ। ਹੁਣ ਮੈਂ ਤੁਹਾਨੂੰ ਦੱਸਾਂ ਕਿੱਦਾਂ, ਮੈਂ ਬਹੁਤ ਖੱਜਲ ਹੋਈ। ਮੈਂ ਸਵੇਰੇ ਨਿਕਲ ਜਾਣਾ ਬੱਸ 'ਚ ਜਾਣਾ ਮੈਂ ਹੈ ਨਾ, ਅਤੇ ਸਵੇਰੇ ਆਪਣਾ ਰੋਟੀ ਸਬਜ਼ੀ ਖਾ ਕੇ ਅਤੇ ਮੈਂ ਬੱਸ 'ਚ ਨਿਕਲ ਜਾਣਾ।
ਜਗ੍ਹਾ ਜਗ੍ਹਾ ਜਾਣਾ, ਕਦੀ ਮੈਂ ਬਰਨਬੀ ਜਾਣਾ, ਕਦੀ ਮੈਂ ਲੈਂਗਲੀ ਜਾਣਾ, ਵੈਨਕੂਵਰ ਤੱਕ ਜਾਣਾ, ਮੈਂ ਤਾਂ ਕਿੰਨੀ ਵਾਰ ਗੁਆਚ ਗਈ ਸ਼ਿਵਮ ਨੂੰ ਪਤਾ, ਮੈਂ ਵੀਡੀਓ ਕਾਲ 'ਚ ਹੁੰਦੀ ਸੀ ਹਰ ਟਾਈਮ, ਅਤੇ ਮੈਂ ਗੁਆਚ ਜਾਣਾ, ਮੈਨੂੰ ਸ਼ੁਰੂ ਸ਼ੁਰੂ 'ਚ ਨਹੀਂ ਪਤਾ ਲੱਗਣਾ ਯਾਰ ਕਿਹੜੀ ਬੱਸ ਲੈਣੀ ਹੈ, ਕਿੱਦਾਂ ਕਰਨਾ ਕਿੱਦਾਂ, ਔਰ ਇਹੋ ਜਿਹੀਆਂ ਸਿਚੁਏਸ਼ਨਸ ਵੀ ਮੇਰੇ 'ਤੇ ਆਈਆਂ ਜਦੋਂ ਮੈਂ ਸੜਕਾਂ 'ਤੇ ਖਲੋ ਕੇ ਮਾਸਕ ਪਾਇਆ ਹੁੰਦਾ ਸੀ ਅਤੇ ਮੈਂ ਰੋਈ ਵੀ ਹਾਂ, ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਸੀ, ਕਿਉਂਕਿ ਔਖਾ ਲੱਗਦਾ ਹੈ ਨਾ ਸਟਾਰਟਿੰਗ 'ਚ ਥੱਕ ਜਾਣਾ, ਅਤੇ ਫਿਰ ਸਵੇਰੇ ਜਾ ਕੇ ਤਾਂ ਮੈਂ ਰਾਤੀ ਮੁੜਨਾ, ਰੈਜ਼ਮੇ ਦੇ ਕੇ ਸਾਰੀ ਜਗ੍ਹਾ, ਇੰਟਰਵਿਊਜ਼ ਵੀ ਕਈ ਜਗ੍ਹਾ ਦਿੱਤੇ, ਪਰ ਇੰਡੀਡ 'ਤੇ ਵੀ ਕਈ ਜਗ੍ਹਾ ਅਪਲਾਈ ਕੀਤਾ, ਪਰ ਕੋਈ ਰਿਸਪੋਂਸ ਨਹੀਂ ਆਉਂਦਾ ਅਤੇ ਫਿਰ ਦੁੱਖ ਲੱਗਦਾ ਸੀਗਾ। ਬਟ ਬਾਅਦ 'ਚੋਂ ਜਦੋਂ ਮੇਰੀ ਜੋਬ ਲੱਗ ਗਈ ਨਾ ਟਿਮ 'ਤੇ, ਉਸ ਤੋਂ ਬਾਅਦ ਮੈਨੂੰ ਕਈ ਜਗ੍ਹਾ ਤੋਂ ਉਸ ਤੋਂ ਬਾਅਦ ਮੈਨੂੰ ਰਿਪਲਾਈ ਆਏ, ਮੇਲਸ ਆਈਆਂ ਕਿ ਹਾਂ ਹੁਣ ਆਪਾਂ ਤੁਸੀਂ ਆ ਜਾਓ, ਹੁਣ ਤੋਂ ਆ ਜਾਓ, ਕਿਉਂਕਿ ਕਦੀ ਕਦੀ ਨਾ ਆਪਾਂ ਜਿੱਦਾਂ ਅੱਜ ਇੰਟਰਵਿਊ ਦਿੱਤਾ ਅਤੇ ਉਹਨਾਂ ਦਾ ਰਿਸਪੋਂਸ ਆਉਂਦਾ 20 ਡੇਜ਼ ਬਾਅਦ, ਮਹੀਨੇ ਬਾਅਦ। ਸੋ ਜਦੋਂ ਮੈਨੂੰ ਫਿਰ 5-6 ਜਗ੍ਹਾ ਤੋਂ ਰਿਪਲਾਈਜ ਆਏ ਕਿ ਫਿਰ ਉਦੋਂ ਤਾਂ ਮੇਰੀ ਆਲਰੇਡੀ ਜੋਬ ਲੱਗ ਗਈ ਸੀਗੀ, ਫਿਰ ਮੈਂ ਕੀ ਕਰਨਾ ਸੀ ਜਾ ਕੇ। ਅਤੇ ਫਿਰ ਗੱਲ ਇਹ ਹੈ ਕਿ ਜੋਬਸ ਹੈਗੀਆਂ ਇੱਦਾਂ ਦੀ ਗੱਲ ਨਹੀਂ, ਮੈਂ ਵੀ ਇੰਟਰਵਿਊ ਦਿੱਤੇ ਸੀ, ਪਰ ਹਾਂ ਉਹਨਾਂ ਦੀ ਰਿਪਲਾਈ 20 ਜਾਂ 25 ਡੇਜ਼ ਬਾਅਦ ਆਏ, ਉਦੋਂ ਤੱਕ ਚਲੋ ਬਾਬਾ ਜੀ ਦੀ ਮਿਹਰ ਨਾਲ ਮੇਰੀ ਜੋਬ ਆਲਰੇਡੀ ਲੱਗ ਗਈ ਸੀਗੀ। ਕਿ ਟਰੋਲਿੰਗ ਦਾ ਮਤਲਬ ਡਿਪਰੈਸ਼ਨ ਤਾਂ ਨਹੀਂ ਹੁੰਦਾ, ਪਰ ਇਹ ਹੁੰਦਾ ਸੀ ਜਦੋਂ ਬਾਹਰ ਜਾਣਾ ਲੋਕਾਂ ਨੇ ਇੱਦਾਂ ਰਿਐਕਟ ਕਰਨਾ, ਪਰਵਾਹ ਤਾਂ ਚਲੋ ਮੈਂ ਉਹਦੀ ਵੀ ਨਹੀਂ ਕੀਤੀ, ਪਰ ਮੈਨੂੰ ਇਹੀ ਹੁੰਦਾ ਸੀ ਯਾਰ ਮੈਨੂੰ ਨਾ ਲੜਨ 'ਚ ਗੁੱਸਾ, ਮਤਲਬ ਮੈਨੂੰ ਪਸੰਦ ਨਹੀਂ ਮੈਂ ਕਿਸੇ ਨਾਲ ਲੜਾਂ, ਜੇ ਮੈਂ ਕਿਸੇ ਨਾਲ ਲੜਾਂ ਵੀ ਨਾ ਮੇਰੇ ਦਿਮਾਗ 'ਚ ਹੁੰਦਾ ਯਾਰ ਮੈਂ ਐਵੇਂ ਲੜੀ ਅਗਲਾ ਬੰਦਾ ਕੀ ਸੋਚੂਗਾ, ਪਰ ਫਿਰ ਜੇ ਅਗਲਾ ਬੰਦਾ ਮੈਨੂੰ ਟੌਂਚ ਲਾਉਣ ਲੱਗੇ ਨਹੀਂ ਸੋਚਦਾ ਪਿਆ, ਫਿਰ ਮੈਂ ਕਿਉਂ ਸੋਚਣਾ, ਮੈਂ ਤਾਂ ਇਹੀ ਸੋਚ ਕੇ ਫਿਰ ਲੜ ਵੀ ਪੈਂਦੀ ਸੀ, ਕਈਆਂ ਨਾਲ ਲੜੀ ਵੀ ਆ ਮੈਂ ਕਹਿੰਦੀ ਹਾਂ ਮੂੰਹ 'ਤੇ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਨਾ ਮੇਰੀ ਲਾਈਫ ਦੀ ਸਭ ਤੋਂ ਵੱਡੀ ਗਲਤੀ ਮੈਂ ਕੀਤੀ ਇੱਥੇ, ਮੈਂ ਇੱਕ ਬੰਦੇ 'ਤੇ ਟਰੱਸਟ ਕਰ ਲਿਆ, ਬੰਦਾ ਕੀ ਮਤਲਬ ਇੱਕ ਸਹੇਲੀ ਮੈਂ ਬਣਾ ਲਈ, ਇੱਕ ਫਰੈਂਡ ਮੈਂ ਬਣਾ ਲਈ, ਅਤੇ ਉਹ 'ਤੇ ਮੈਂ ਟਰੱਸਟ ਕਰ ਲਿਆ। ਬਟ ਆਈ ਥਿੰਕ ਉਹ ਕੈਨੇਡਾ ਦੇ ਵਿੱਚ ਮੇਰੀ ਫਸਟ ਐਂਡ ਲਾਸਟ ਫਰੈਂਡ ਸੀ, ਕਿਉਂਕਿ ਉਸ ਤੋਂ ਬਾਅਦ ਮੇਰੀ ਇੱਕੋ ਫਰੈਂਡ ਆ, ਤੁਸੀਂ ਮੇਰੇ ਵਲੋਗ 'ਚ ਦੇਖਿਆ ਹੋਣਾ, ਮੇਰੀ ਇੱਕੋ ਫਰੈਂਡ ਆ ਰੁਪਿੰਦਰ, ਉਹ ਵੀ ਮੇਰੀ ਕਾਲਜ ਫਰੈਂਡ ਆ, ਆਪਾਂ ਕਾਲਜ ਦੇ ਥਰੂ ਮਿਲੇ ਸੀਗੇ ਅਤੇ ਸਾਡੀ ਵਧੀਆ ਬੋਂਡਿੰਗ ਆ, ਹੈ ਨਾ। ਅਤੇ ਉਸ ਤੋਂ ਇਲਾਵਾ ਮੇਰੇ ਰੈਲੇਟਿਵਸ ਹੀ ਆ, ਜਿੱਦਾਂ ਪ੍ਰਿੰਕਾ ਦੀਦੀ ਆ ਰੈਲੇਟਿਵਸ 'ਚ ਆ ਜਾਂਦੇ ਆ, ਅਤੇ ਬਾਕੀ ਮੇਰੇ ਇੰਡੀਆ ਵਾਲੇ ਫਰੈਂਡਸ ਹੀ ਆ, ਜਿੱਦਾਂ ਸਨੇਹਾ ਇੱਥੇ ਆ ਗਈ, ਅਦਰਵਾਈਜ਼ ਕੈਨੇਡਾ ਦੇ ਵਿੱਚ ਮੇਰੀ ਇੱਕੋ ਫਰੈਂਡ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਅਤੇ ਉਹ ਮੈਂ ਜਦੋਂ ਉਹ ਫਰੈਂਡ ਬਣਾ ਲਈ, ਉਸ ਤੋਂ ਬਾਅਦ ਮੇਰਾ ਵਿਸ਼ਵਾਸ ਇੰਨਾ ਟੁੱਟ ਗਿਆ ਫਰੈਂਡਸ਼ਿਪ ਤੋਂ ਕਿ ਮੈਂ ਫਰੈਂਡ ਸਰਕਲ ਬਣਾਇਆ ਨਹੀਂ। ਮੈਨੂੰ ਵੈਸੇ ਵੀ ਮੈਨੂੰ ਹੁੰਦਾ ਮੈਂ ਲਿੰਕ ਘੱਟ ਬਣਾਵਾਂ, ਆਪਾਂ ਜਿੰਨੇ ਜ਼ਿਆਦਾ ਲਿੰਕ ਬਣਾਉਂਦੇ ਹਾਂ ਨਾ ਉਨੇ ਜ਼ਿਆਦਾ ਆਪਾਂ ਹਰਟ ਹੁੰਦੇ ਹਾਂ, ਮੇਰੇ ਹਿਸਾਬ ਨਾਲ ਮੇਰੀ ਥਿੰਕਿੰਗ ਤਾਂ ਇਹ, ਆਪਾਂ ਜਿੰਨੇ ਲਿੰਕ ਬਣਾਉਂਦੇ ਹਾਂ ਇਸ ਤੋਂ ਜਗ੍ਹਾ ਘੱਟ ਲਿੰਕ ਬਣਾਓ ਪਰ ਚੱਜ ਦੇ ਬਣਾਓ, ਜ਼ਿਆਦਾ ਲਿੰਕ ਬਣਾਓ ਧੋਖੇ ਖਾਓ, ਉਹ ਨਹੀਂ ਵਧੀਆ ਹੈਗਾ। ਅਤੇ ਚਲੋ ਮੈਂ ਕਿਸੇ 'ਤੇ ਟਰੱਸਟ ਕਰ ਲਿਆ, ਮੇਰੀ ਇੱਕ ਫਰੈਂਡ ਬਣੀ ਇੱਥੇ, ਅਤੇ ਉਹਨੇ ਮੇਰੇ 'ਤੇ ਮੈਨੂੰ ਕਿਹਾ ਕਿ ਯਾਰ ਤੂੰ ਕੀ ਆਵੇ ਉੱਥੇ, ਡਿਸਟਰਬ ਹੋ ਕੇ ਰਹਿੰਦੀ ਆ, ਦੁਖੀ ਰਹਿੰਦੀ ਆ, ਰੋਂਦੀ ਰਹਿੰਦੀ ਆ, ਤੂੰ ਮੇਰੇ ਨਾਲ ਮੂਵ ਹੋ, ਆਪਾਂ ਵਧੀਆ ਰਵਾਂਗੇ। ਅਤੇ ਮੈਂ ਵੀ ਏਡੀ ਤਗੜੀ ਮੂਰਖ, ਮੈਂ ਤਾਂ ਆਪਣੇ ਆਪ ਨੂੰ ਕਹਿੰਦੀ ਹਾਂ ਕਿ ਮੈਂ ਉਦੋਂ ਉਸ ਟਾਈਮ ਉੱਤੇ ਟਰੱਸਟ ਕਰ ਲਿਆ, ਅਤੇ ਮੈਂ ਉਹਨਾਂ ਨਾਲ ਹੋ ਗਈ ਮੂਵ, ਜਿਹੜੀ ਕਿ ਮੇਰੀ ਸਭ ਤੋਂ ਵੱਡੀ ਮਿਸਟੇਕ ਸੀਗੀ। ਉਹ ਵਾਲੀ ਬੇਸਮੈਂਟ 'ਚ ਮੈਂ ਰਹਿੰਦੀ ਸੀਗੀ ਨਾ, ਆਪਣੇ ਰੂਮ 'ਚ ਇਕੱਲੀ ਰਹਿੰਦੀ ਸੀਗੀ, ਜਦੋਂ ਰੂਮ 'ਚ ਰਹਿਣਾ ਮੈਨੂੰ ਕੋਈ ਡਿਸਟਰਬੈਂਸ ਤਾਂ ਮੈਂ ਆਪਣਾ ਰਹਿ ਰਹੀ ਹਾਂ। ਹਾਂ ਬਾਹਰ ਜਾ ਕੇ ਮੈਨੂੰ ਡਿਸਟਰਬੈਂਸ ਹੋਣੀ, ਚੀਕ ਝਿਆਣਾ, ਲੜਾਈ ਲੜੂਈ ਪਈ ਰਹਿਣੀ, ਪਰ ਆਪਣੇ ਰੂਮ 'ਚ ਤਾਂ ਮੈਂ ਸ਼ਾਂਤੀ ਨਾਲ ਰਹਿੰਦੀ ਸੀ। ਉੱਥੇ ਜਾ ਕੇ ਤਾਂ ਮੈਂ ਆਪਣੇ ਰੂਮ 'ਚ ਗਲਤ ਰੂਮਮੇਟ ਨਾਲ ਜਦੋਂ ਮੂਵ ਹੋ ਗਈ, ਉੱਥੇ ਮੈਂ ਉਸ ਤੋਂ ਵੀ ਜ਼ਿਆਦਾ ਸਫ਼ਰ ਕੀਤਾ। ਇਹ ਸਾਰੀ ਸਟੋਰੀ ਸ਼ਿਵਮ ਨੂੰ ਪਤਾ। ਹੁਣ ਮੈਂ ਸੋਸ਼ਲ ਮੀਡੀਆ ਦੇ ਉੱਤੇ ਨਾ ਹਰ ਇੱਕ ਚੀਜ਼ ਨਹੀਂ ਰਿਵੀਲ ਕਰਨਾ ਚਾਹੁੰਦੀ ਕਿ ਇੱਦਾਂ ਇੱਦਾਂ ਦੀਆਂ ਗੱਲਾਂ ਹੋਈਆਂ ਉੱਥੇ ਮੇਰੇ ਨਾਲ ਕਿ ਮੈਂ ਉੱਥੇ ਸੇਫ ਹੀ ਨਹੀਂ ਹੈਗੀ ਸੀ। ਤੁਸੀਂ ਇਹ ਸੋਚੋ, ਸ਼ੁਰੂ ਸ਼ੁਰੂ 'ਚ ਸਾਡੀ ਬਹੁਤ ਵਧੀਆ ਬੋਂਡਿੰਗ ਰਹੀ, ਹਾਂ ਮੇਰਾ ਕੀਤਾ ਵੀ, ਹੈ ਨਾ, ਆਪਾਂ ਘੁੰਮਣ ਫਿਰਨ ਵੀ ਗਏ, ਘੁੰਮੇ, ਵਧੀਆ ਰਿਹਾ ਆਪਣਾ। ਪਰ ਉਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਉੱਥੇ ਰਹਿ ਕੇ ਮੇਰੇ ਨਾਲ ਹੋਈਆਂ ਹੋਈਆਂ ਮੇਰੇ ਪਿੱਠ ਪਿੱਛੋਂ, ਮੇਰੇ ਮੂੰਹ 'ਤੇ ਕੁਛ ਨਹੀਂ, ਬਟ ਮੈਨੂੰ ਜਦੋਂ ਪਤਾ ਲੱਗਿਆ, ਮੈਂ, ਤੁਸੀਂ ਸੋਚ ਨਹੀਂ ਸਕਦੇ ਮੈਂ 'ਤੇ ਕੀ ਬੀਤੀ।
ਔਰ ਉੱਪਰੋਂ ਦੀ ਜਦੋਂ ਮੈਨੂੰ ਪਤਾ ਲੱਗਿਆ ਤੇ ਮੰਥ ਦਾ ਲਾਸਟ ਡੇ ਸੀਗਾ ਤੇ ਅਗਲੇ ਦਿਨ 1 ਤਰੀਕ ਸੀਗੀ 1 ਮਾਰਚ ਤੇ ਨੈਕਸਟ ਮੰਥ ਸਟਾਰਟ ਹੋਇਆ ਨਹੀਂ। ਜੇ ਮੈਂ ਉਸ ਦਿਨ ਕੋਈ ਘਰ ਛੱਡਣ ਦਾ ਡਿਸੀਜਨ ਨਾ ਲੈਂਦੀ ਤੇ ਅਗਲੇ ਮਹੀਨੇ ਫਿਰ ਮੈਨੂੰ ਉੱਥੇ ਰਹਿ ਕੇ ਉਹੀ ਚੀਜ਼ਾਂ ਫੇਸ ਕਰਨੀਆਂ ਪੈਣੀਆਂ ਸੀ ਤੇ ਜੇ ਮੈਂ ਅਗਲੇ ਮਹੀਨੇ ਵੀ ਉੱਥੇ ਰਹਿ ਲੈਂਦੀ ਤੇ ਅੱਜ ਨੂੰ ਪਤਾ ਨਹੀਂ ਕੀ ਹੋਇਆ ਹੋਣਾ ਸੀ, ਇਹੋ ਇਹੋ ਜਿਹੀਆਂ ਗੱਲਾਂ ਹੋਈਆਂ ਸੀਗੀਆਂ। ਸੋ ਇਸ ਕਰਕੇ ਜਿੱਥੇ ਮੈਂ ਸੇਫ ਨਹੀਂ ਸੀ, ਫਿਰ ਮੈਂ ਮੰਥ ਦੇ ਐਂਡ 'ਤੇ ਐਟ ਅ ਟਾਈਮ ਖੁਦ ਆਪਣੇ ਆਪ ਬੇਸਮੈਂਟ ਲੱਭੀ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿੱਦਾਂ ਅਤੇ ਕੀ ਫੇਸ ਕੀਤਾ। ਵਰਸਟ ਤੋਂ ਵਰਸਟ ਚੀਜ਼ਾਂ ਮੈਂ ਫੇਸ ਕੀਤੀਆਂ, ਹੁਣ ਮੈਂ ਬਸ ਬੋਲਣਾ ਨਹੀਂ ਚਾਹੁੰਦੀ, ਤੁਸੀਂ ਆਪੇ ਸਮਝੋ ਠੀਕ ਹੈ। ਅਤੇ ਇਮੋਸ਼ਨਲੀ ਵੀ ਸਾਰਾ ਕੁਛ ਮੈਂ ਬਹੁਤ ਕੁਛ ਫੇਸ ਕੀਤਾ, ਮੈਂ ਬਸ ਇਨ ਸ਼ੋਰਟ ਤੁਹਾਨੂੰ ਇੰਨਾ ਚੀਜ਼ ਦੱਸ ਦਿੱਤੀ ਆ, ਤੁਸੀਂ ਆਪੇ ਹੁਣ ਜੱਜ ਕਰ ਲਿਓ। ਅਤੇ ਉਸ ਤੋਂ ਬਾਅਦ ਨਾ ਫਿਰ ਮੰਥ ਦਾ ਲਾਸਟ ਡੇ ਸੀਗਾ ਅਤੇ ਮੈਂ ਨਾ ਬਹੁਤ ਮੈਂ ਸਟ੍ਰੈਸ 'ਚ ਸੀਗੀ, ਮਤਲਬ ਮੈਂ ਰਾਤੀਂ ਮੈਨੂੰ ਆਹ ਚੀਜ਼ਾਂ ਪਤਾ ਲੱਗੀਆਂ, ਅਗਲੇ ਦਿਨ ਮੈਂ ਸ਼ਿਫਟ ਤੋਂ ਸਿੱਧਾ ਨਾ ਗੁਰਦੁਆਰਾ ਸਾਹਿਬ ਚਲੇਗੀ। ਅਤੇ ਮੈਂ ਨਾ ਬੇਸਮੈਂਟਸ ਲੱਭਾ, ਮੈਨੂੰ ਬੇਸਮੈਂਟ ਨਾ ਲੱਭੇ, ਫਿਰ ਮੈਨੂੰ ਨਾ ਗੁਰਦੁਆਰਾ ਸਾਹਿਬ ਨਾਲ ਇੱਕ ਆਂਟੀ ਮਿਲੇ ਅਤੇ ਉਹ ਆਂਟੀ ਬੜੇ ਨਾਈਸ ਸੀਗੇ ਅਤੇ ਉਹਨਾਂ ਨੂੰ ਨਾ ਮੈਂ ਇੱਦਾਂ ਹੀ ਪੁੱਛ ਲਿਆ ਕਿ ਮੈਨੂੰ ਸਮਝ ਨਾ ਆਵੇ ਮੈਂ ਇਕੱਲੀ ਸੀਗੀ ਯਾਰ ਅਤੇ ਕੀ ਕਰਦੀ ਮੈਂ, ਹਰ ਕੋਈ ਇੱਥੇ ਬਿਜ਼ੀ ਹੁੰਦਾ, ਜਿਹੜੇ ਮੇਰੇ ਨੋਨ 'ਚ ਹੀ ਹਰ ਕੋਈ ਕੰਮ ਕੁੰਮ 'ਤੇ ਜਾਂਦਾ, ਮੈਂ ਕਿੰਨਾ ਕੁ ਕਿਸੇ ਨੂੰ ਡਿਸਟਰਬ ਕਰ ਲਾ ਕਿ ਮੇਰੇ ਨਾਲ ਆ ਜਾਓ ਮੇਰੇ ਨਾਲ ਆ ਜਾਓ, ਹਰ ਕੋਈ ਬਿਜ਼ੀ ਹੈ ਯਾਰ। ਅਤੇ ਫਿਰ ਨਾ ਮੈਂ ਉਹ ਆਂਟੀ ਨੂੰ ਕਿਹਾ, ਮੈਂ ਕਿਹਾ ਆਂਟੀ ਮੈਂ ਨਾ ਬੇਸਮੈਂਟ ਲੱਭਦੀ ਪਈ ਹਾਂ ਤੁਸੀਂ, ਆਂਟੀ ਕਹਿੰਦੇ ਲੈ ਇੱਥੇ ਗੁਰਦੁਆਰਾ ਸਾਹਿਬ ਕਿੰਨੀਆਂ ਸਾਰੀਆਂ ਬੇਸਮੈਂਟ ਲੱਗੀਆਂ ਹੁੰਦੀਆਂ ਕਿ ਤੂੰ ਇੱਥੋਂ ਦੀ ਕੋਈ ਬੇਸਮੈਂਟ ਦੇਖ ਲਾ, ਹੈ ਨਾ। ਫਿਰ ਉੱਥੇ ਨਾ ਮੈਨੂੰ ਇੱਕ ਬੇਸਮੈਂਟ ਲੱਭ ਗਈ ਜਿੱਥੇ ਮੈਂ ਰਹਿੰਦੀ ਸੀਗੀ ਲਾਸਟ, ਜਿਹੜੀ ਆਪਾਂ ਬੇਸਮੈਂਟ ਛੱਡ ਕੇ ਆਏ ਹਾਂ। ਫਿਰ ਮੈਨੂੰ ਲੱਭ ਗਈ ਕਿ ਇੱਕ ਰੂਮ ਖਾਲੀ ਹੈ 2-bedroom ਬੇਸਮੈਂਟ ਦੇ ਵਿੱਚ। ਫਿਰ ਮੈਂ ਐਟ ਅ ਟਾਈਮ ਜਲਦੀ ਜਲਦੀ ਨਾ ਉੱਧਰੋਂ ਦੀ ਨਿਕਲ ਗਈ ਅਤੇ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਅਤੇ ਮੈਂ ਉਸ ਨੰਬਰ 'ਤੇ ਕਾਲ ਲਾਈ ਅਤੇ ਫਿਰ ਜਿਹੜੇ ਮੇਰੇ ਪਿਛਲੇ ਓਨਰ ਸੀਗੇ ਉਹਨਾਂ ਨੇ ਕਾਲ ਚੱਕੀ ਮੇਰੀ ਅਤੇ ਫਿਰ ਉਹ ਕਹਿੰਦੇ ਤੁਸੀਂ ਅੱਜ ਹੀ ਆ ਕੇ ਦੇਖ ਜਾਓ, ਕਹਿੰਦੇ ਹੁਣੇ ਆ ਕੇ ਦੇਖ ਜਾਓ ਨਹੀਂ ਤਾਂ ਕੋਈ ਹੋਰ ਆ ਕੇ ਦੇਖ ਗਿਆ, ਅਤੇ ਫਸਟ ਕਮ ਫਸਟ ਸਰਵ ਆ, ਜਿਹੜਾ ਪਹਿਲਾਂ ਆ ਕੇ ਬੁੱਕ ਕਰ ਗਿਆ ਫਿਰ ਆਪਾਂ ਉਹਨੂੰ ਹੀ ਦੇਣੀ ਆ। ਅਤੇ ਫਿਰ ਮੈਂ ਕੰਮ ਤੋਂ ਸਿੱਧਾ ਯੂਨੀਫੋਰਮ ਦੇ ਵਿੱਚ ਹੀ ਨਾ ਉਹਨਾਂ ਕੋਲ ਚਲੇ ਗਈ ਅਤੇ ਮੈਂ ਬੇਸਮੈਂਟ ਦੇਖੀ ਅਤੇ ਮੈਨੂੰ ਵਧੀਆ ਲੱਗਾ, ਪ੍ਰਾਈਵੇਟ ਰੂਮ ਸੀਗਾ। ਫਿਰ ਉਹ ਆਂਟੀ ਮੈਨੂੰ ਕਹਿੰਦੇ ਪ੍ਰਾਈਵੇਟ ਰੂਮ ਆ, ਤੂੰ ਇੰਨਾ ਜ਼ਿਆਦਾ ਰੈਂਟ ਕਿੱਦਾਂ ਦੇਂਗੀ, ਤੂੰ ਰੂਮਮੇਟ ਲੱਭ ਲਾ। ਰੂਮਮੇਟ ਨਾਮ ਤਾਂ ਮੈਨੂੰ ਜ਼ਹਿਰ ਵਰਗਾ ਲੱਗਾ ਉਸ ਟਾਈਮ, ਮੈਂ ਕਿਹਾ ਰੂਮਮੇਟ ਨਾ ਨਾ ਨਾ। ਵੈਸੇ ਮੈਂ ਸਾਰੇ ਰੂਮਮੇਟਸ ਨੂੰ ਨਹੀਂ ਮਾੜਾ ਕਹਿੰਦੀ, 90% ਸਟੂਡੈਂਟਸ ਇੱਥੇ ਸ਼ੇਅਰਿੰਗ 'ਚ ਰਹਿੰਦੇ ਆ, 50% ਨੂੰ ਰੂਮਮੇਟਸ ਵਧੀਆ ਵੀ ਮਿਲਦੇ ਆ, ਵਧੀਆ ਗੱਲ ਆ, ਤੁਹਾਨੂੰ ਵਧੀਆ ਮਿਲਦੇ ਆ, ਮੈਨੂੰ ਨਹੀਂ ਵਧੀਆ ਮਿਲੇ, ਮੈਨੂੰ ਰੂਮਮੇਟ ਨਾਮ ਹੀ ਨਹੀਂ ਪਸੰਦ ਹੈਗਾ, ਸਿੱਧੀ ਜੀ ਮੇਰੀ ਗੱਲ ਆ। ਸੋ ਮੈਨੂੰ ਤਾਂ ਜ਼ਹਿਰ ਵਰਗਾ ਉਸ ਟਾਈਮ ਲੱਗਾ ਰੂਮਮੇਟ, ਮੈਂ ਕਿਹਾ ਨਾ, ਮੈਂ ਕਿਹਾ 2 ਵਾਰ ਮੈਂ ਸ਼ੇਅਰਿੰਗ 'ਚ ਰਹਿ ਕੇ ਦੇਖ ਲਿਆ। ਅਤੇ ਆਂਟੀ ਮੈਨੂੰ ਕਹਿੰਦੇ ਤੂੰ ਇੰਨਾ ਰੈਂਟ ਬੇਟਾ ਕਿੱਦਾਂ ਦੇਵੇਂਗੀ ਫਿਰ, ਹੈ ਨਾ, ਕਿ ਰੂਮਮੇਟ ਵੀ ਨਹੀਂ ਤੂੰ ਇਕੱਲੀ ਰਹੇਂਗੀ ਫਿਰ। ਮੈਂ ਕਿਹਾ ਹਾਂਜੀ ਆਂਟੀ, ਜਦੋਂ ਤੱਕ ਮੇਰੇ ਹਸਬੈਂਡ ਨੇ ਨਾ ਆਉਂਦੇ ਮੈਂ ਇੱਥੇ ਇਕੱਲੀ ਰਹਿਣਾ ਵਾ, ਮੇਰੇ ਹਸਬੈਂਡ ਨੇ ਆ ਜਾਣਾ ਵਾ। ਜਦਕਿ ਉਦੋਂ ਸ਼ਿਵਮ ਦੀ ਨਾ ਫਾਈਲ ਲੱਗੀ ਸੀ ਨਾ ਕੁਝ ਸੀਗਾ, ਮੈਨੂੰ ਕੋਈ ਆਸ ਹੀ ਨਹੀਂ ਸੀ ਕਿ ਸ਼ਿਵਮ ਨੇ ਆਉਣਾ ਕਦੋਂ ਆ। ਅਤੇ ਫਿਰ ਮੈਂ ਨਾ ਸ਼ਿਵਮ ਨੂੰ ਕਾਲ ਕੀਤੀ, ਇਹ ਅੜੇ ਹੋਏ ਸੀਗੇ, ਇਹ ਕਹਿੰਦੇ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਤੂੰ ਹੁਣ ਪ੍ਰਾਈਵੇਟ ਰੂਮ ਲੈ ਕੇ ਇਕੱਲੀ ਰਹਿਣਾ ਵਾ, ਮੈਂ ਤੈਨੂੰ ਹੋਰ ਡਿਸਟਰਬ ਨਹੀਂ ਦੇਖ ਸਕਦਾ, ਕਿਉਂਕਿ ਮੈਂ 2 ਮਹੀਨੇ ਬਹੁਤ ਰੋ ਰੋ ਕੇ ਕੱਢੇ ਆ, ਇੰਨਾ ਜ਼ਿਆਦਾ ਰੋ ਰੋ ਕੇ ਕੱਢੇ ਆ ਨਾ, ਹਰ ਇੱਕ ਚੀਜ਼ ਨੂੰ ਆਪਾਂ ਸੋਸ਼ਲ ਮੀਡੀਆ 'ਤੇ ਨਹੀਂ ਬੋਲਦੇ, ਕਿਸੇ ਨੂੰ ਨਹੀਂ ਪਤਾ ਮੈਂ ਰੋਂਦੀ ਹੀ ਕੀ ਕਰਦੀ ਸੀ, ਬਟ ਬਹੁਤ ਔਖੇ ਕੱਢੇ ਆ। ਇਹ ਹਾਲਤ ਇਹਨਾਂ ਨੂੰ ਮੇਰੀ ਪਤਾ ਸੀ, ਇਹ ਕਹਿੰਦੇ ਹੁਣ ਤੂੰ ਪ੍ਰਾਈਵੇਟ ਰੂਮ 'ਚ ਇਕੱਲੀ ਰਹੇਂਗੀ, ਠੀਕ ਆ, ਮੈਂ ਤੈਨੂੰ ਕਿਸੇ ਦੇ ਨਾਲ ਵੀ ਰਹਿਣ ਨਹੀਂ ਦੇਣਾ, ਤੂੰ ਸ਼ੇਅਰਿੰਗ 'ਚ ਰਹਿਣਾ ਹੀ ਨਹੀਂ ਹੈਗਾ। ਦੂਸਰੇ ਰੂਮ 'ਚ 2 ਕੁੜੀਆਂ ਰਹਿੰਦੀਆਂ ਸੀਗੀਆਂ, ਇੱਕ ਮੈਰਿਡ ਸੀਗੇ ਦੀਦੀ ਅਤੇ ਇੱਕ ਅਨਮੈਰਿਡ ਸੀ, ਉਹ ਦੋਨੋਂ ਕੁੜੀਆਂ ਬਹੁਤ ਨਾਈਸ ਸੀਗੀਆਂ, ਉਹਨਾਂ ਨੂੰ ਮਤਲਬ ਕੋਈ ਇੰਟਰਫੇਰੈਂਸ ਨਹੀਂ ਕੁਛ ਨਹੀਂ, ਉਹ ਆਪਣਾ ਹੀ ਰਹਿੰਦੇ ਸੀਗੇ। ਅਤੇ ਫਿਰ ਉਹਨਾਂ ਦਾ ਵੈਸੇ ਵੀ ਜਿਹੜੇ ਪਿਛਲੇ ਓਨਰ ਸੀ ਉਹ ਬੜੇ ਸਟ੍ਰਿਕਟ ਸੀਗੇ, ਸੋ ਉਸ ਹਿਸਾਬ ਨਾਲ ਘਰ ਦਾ ਮਾਹੌਲ ਵੀ ਸਹੀ ਸੀ। ਅਤੇ ਫਿਰ ਚਲੋ ਇਹ ਮੈਨੂੰ ਕਹਿੰਦੇ ਯਾਰ, ਉੱਥੇ ਨਾ ਮੇਰਾ ਪਹਿਲੀ ਵਾਰ ਮੇਰਾ $450 ਸੀ, ਦੂਸਰੀ ਵਾਰ ਜਦੋਂ ਮੈਂ ਰੂਮਮੇਟ ਨਾਲ ਮੂਵ ਹੋਈ ਆਪਣੀ ਜਿਹੜੀ ਮੇਰੀ ਫਰੈਂਡ ਬਣੀ ਸੀ, ਉੱਥੇ $500 ਸੀਗਾ।
ਅਤੇ ਜਿੱਥੇ ਮੈਂ ਪ੍ਰਾਈਵੇਟ ਰੂਮ 'ਚ ਮੂਵ ਹੋਈ ਉੱਥੇ $800 ਸੀਗਾ। ਮੈਂ ਸ਼ਿਵਮ ਨੂੰ ਕਾਲ ਕੀਤੀ, ਮੈਂ ਕਿਹਾ ਯਾਰ ਮੈਂ $800 ਕਿੱਦਾਂ ਭਰੂੰਗੀ, ਕਿਉਂਕਿ ਜਦੋਂ ਮੈਂ ਆਈ ਤਾਂ ਸਟੂਡੈਂਟਸ ਨੂੰ ਵਰਕ ਪਾਰਟ ਟਾਈਮ ਅਲਾਊਡ ਸੀਗਾ ਅਤੇ ਮੈਂ 20 hours ਹੀ ਕਰ ਸਕਦੀ ਸੀ, ਅਤੇ ਟਿਮ ਤਾਂ ਦਿੰਦਾ ਵੀ ਬੇਸਿਕ ਪੇ ਰੇਟ ਆ, ਅਤੇ ਫਿਰ ਮੈਂ ਕਿੰਨਾ ਕੁ ਕਮਾਉਂਦੀ। ਅਤੇ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੇਰਾ ਔਖਾ ਵਾ ਕਿ ਮੈਂ ਰੈਂਟ ਕਿੱਦਾਂ ਦਊਂਗੀ। ਕਹਿੰਦੇ ਤੈਨੂੰ ਭਾਵੇਂ 2000 ਦੇਣਾ ਪਏ, ਮੈਂ ਤੈਨੂੰ ਇੰਡੀਆ ਤੋਂ ਭੇਜ ਦੂੰਗਾ ਪੈਸੇ, ਪਰ ਮੈਂ ਤੈਨੂੰ ਡਿਸਟਰਬ ਨਹੀਂ ਦੇਖਣਾ ਚਾਹੁੰਦਾ, ਤੂੰ ਪ੍ਰਾਈਵੇਟ ਰੂਮ 'ਚ ਹੀ ਰਹਿਣਾ ਵਾ। ਇਹਨਾਂ ਨੇ ਇਹ ਅੜ ਗਏ ਸੀਗੇ, ਅਤੇ ਤੂੰ ਆਪਣੀ ਗਰੋਸਰੀ ਵਗੈਰਾ ਅਲੱਗ ਕਰਨੀ ਆ, ਤੂੰ ਇਕੱਲੀ ਰਹਿ, ਤੈਨੂੰ ਪਤਾ ਵਾ ਕਿ ਤੂੰ ਆਪਣਾ ਜਿੱਥੇ ਸਮਾਨ ਜੋ ਰੱਖ ਕੇ ਕੰਮ 'ਤੇ ਗਈ ਆ, ਤੂੰ ਆਏਂਗੀ ਉਹ ਸਮਾਨ ਉੱਥੇ ਪਿਆ ਹੋਊਗਾ, ਉੱਧਰੋਂ ਦੀ ਇੱਧਰ ਉੱਧਰ ਨਹੀਂ ਹੋਊਗਾ। ਕਿਉਂਕਿ ਮੈਂ ਇਹ ਚੀਜ਼ਾਂ ਬੜੀਆਂ ਫੇਸ ਕੀਤੀਆਂ ਕਿ ਮੈਂ ਸਵੇਰੇ ਆਪਣੀ ਰੋਟੀ ਸਬਜ਼ੀ ਬਣਾ ਕੇ ਜਾਂਦੀ ਸੀਗੀ ਅਤੇ ਮੈਂ ਥੱਕੀ ਟੁੱਟੀ ਆਉਂਦੀ ਸੀ। ਜਿਹੜੇ 12-12 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਉਹ ਮੇਰੀ ਗੱਲ ਨੂੰ ਜ਼ਰੂਰ ਅੰਡਰਸਟੈਂਡ ਕਰਨਗੇ ਕਿ ਸਵੇਰੇ ਅਗਰ ਤੁਸੀਂ ਕੁਛ ਬਣਾ ਕੇ ਗਏ ਹੋ ਤਾਂ ਤੁਸੀਂ ਇਹੀ ਆਸ ਰੱਖੋਗੇ ਕਿ ਯਾਰ ਆ ਕੇ ਆਪਾਂ ਇਹੀ ਖਾ ਲਾਂਗੇ, ਥੱਕੇ ਟੁੱਟੇ ਸੋਣਾ ਵਾ, ਅਗਲੇ ਦਿਨ ਫਿਰ ਕੰਮ 'ਤੇ ਜਾਣਾ। ਜਦੋਂ ਤੁਹਾਡੇ ਆਂਡਿਆਂ ਨੂੰ ਉਹ ਸਾਰੀ ਚੀਜ਼ ਫਿਨਿਸ਼ ਹੋਊਗੀ ਅਤੇ ਜਿਹਨੇ ਫਿਨਿਸ਼ ਕੀਤੀ ਆ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਫਿਨਿਸ਼ ਕਰਤੇ ਆ, ਪਰ ਉਹਦੇ ਵਿੱਚੋਂ ਕੁਛ ਕੁ ਚੀਜ਼ ਆਪਾਂ ਬਚਾ ਦਈਏ ਕਿ ਅਗਲੇ ਬੰਦੇ ਨੇ ਥੱਕੇ ਟੁੱਟੇ ਆਉਣਾ ਵਾ। ਚਲੋ ਇੱਕ ਦਿਨ ਉਹ ਚੀਜ਼ ਹੋਊਗੀ ਤੁਸੀਂ ਬਰਦਾਸ਼ਤ ਕਰ ਲਓਗੇ, ਬਟ ਲਗਾਤਾਰ ਜਦੋਂ 1 ਮਹੀਨਾ ਉਹ ਚੀਜ਼ ਹੋਊਗੀ ਨਾ, ਫਿਰ ਕਿਤੇ ਨਾ ਕਿਤੇ ਤੁਹਾਨੂੰ ਗੁੱਸਾ ਆਊਗਾ, ਤੁਸੀਂ ਉਹਨੂੰ ਪਿਆਰ ਨਾਲ ਕਹੋਗੇ, ਅਤੇ ਅਗਰ ਉਹ ਬੰਦਾ ਅੱਗੋਂ ਦੀ ਆਕੜੂਗਾ ਫਿਰ ਉੱਥੇ ਰਹਿਣਾ ਬਹੁਤ ਔਖਾ ਹੋ ਜਾਂਦਾ ਵਾ। ਸੋ ਇਹ ਮੈਨੂੰ ਕਹਿੰਦੇ ਕਿ ਤੈਨੂੰ ਪਤਾ ਹੋਊਗਾ ਕਿ ਤੂੰ ਇਕੱਲੀ ਰਹਿਣਾ, ਇਕੱਲੀ ਅਤੇ ਤੇਰੀ ਗਰੋਸਰੀ ਤੂੰ ਡਿਸਟਰਬ ਨਹੀਂ ਰਹੇਗੀ। ਫਿਰ ਮੈਂ ਰਹੀ ਪ੍ਰਾਈਵੇਟ ਰੂਮ ਦੇ ਵਿੱਚ, ਫਿਰ ਮੈਂ ਬੜੀ ਰਿਲੈਕਸ ਫੀਲ ਕੀਤਾ ਪ੍ਰਾਈਵੇਟ ਰੂਮ ਦੇ ਵਿੱਚ ਰਹੀ, ਆਪਣਾ ਵਧੀਆ ਤਰ੍ਹਾਂ ਰਹੀ, ਅਤੇ ਫਿਰ ਉਸ ਤੋਂ ਬਾਅਦ 4-5 months ਮੈਂ ਉੱਥੇ ਰਹੀ ਇਕੱਲੀ, ਅਤੇ ਉਸ ਤੋਂ ਬਾਅਦ ਫਿਰ ਸ਼ਿਵਮ ਨੇ ਆਏ ਨਾ ਹੀ। ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਸ਼ਿਵਮ ਦੀ ਫਾਈਲ ਵਗੈਰਾ ਲਾਈ, ਅਤੇ ਯਾਰ ਮੈਨੂੰ ਇੰਨਾ ਜ਼ਿਆਦਾ ਹੁੰਦਾ ਸੀਗਾ ਨਾ, ਮੇਰੀਆਂ ਸਾਰੀਆਂ ਫਰੈਂਡਸ ਦੇ ਹਸਬੈਂਡ ਆ ਗਏ, ਕਿਸੇ ਦੇ 3 ਮਹੀਨੇ ਬਾਅਦ, ਕਿਸੇ ਦੇ 4 ਮਹੀਨੇ ਬਾਅਦ, ਅਤੇ ਮੈਨੂੰ ਹੁੰਦਾ ਰਹਿਣਾ ਯਾਰ ਸ਼ਿਵਮ ਨੂੰ ਇੰਨਾ ਟਾਈਮ ਕਿਉਂ ਲੱਗਦਾ ਪਿਆ। ਸ਼ਿਵਮ ਦੀ ਫਾਈਲ 'ਚ ਨਾ ਇੱਕ ਪ੍ਰੋਬਲਮ ਆ ਗਈ ਸੀਗੀ, ਜਿਸ ਕਰਕੇ ਸ਼ਿਵਮ ਦਾ ਵੀਜ਼ਾ ਥੋੜ੍ਹਾ ਡਿਲੇ ਹੋ ਗਿਆ ਸੀ, ਅਤੇ ਮੈਂ ਦਿਨ ਰਾਤ ਇੱਕੋ ਗੱਲ ਸੋਚਦੀ ਕਿ ਯਾਰ ਜਲਦੀ ਵੀਜ਼ਾ ਆ ਜਾਵੇ, ਜਲਦੀ ਆ ਜਾਵੇ। ਮੇਰੀ ਕਦੀ ਕਿਸੇ ਫਰੈਂਡ ਦੀ, ਮਤਲਬ ਕਾਲਜ ਫਰੈਂਡਸ 'ਚੋਂ ਕਾਲ ਆ ਜਾਂਦੀ ਆ, ਹਾਂ ਮੇਰੇ ਹਸਬੈਂਡ ਦਾ ਵੀਜ਼ਾ ਆ ਗਿਆ, ਇੱਦਾਂ ਮੈਂ ਕਦੀ ਕਿਸੇ ਦੀ ਸਟੋਰੀ ਦੇਖ ਲੈਣੀ, ਮੈਂ ਕਹਿੰਦਾ ਯਾਰ ਮੇਰੇ ਲੇਟ ਆਉਂਦੇ ਪਏ ਆ, ਇੱਦਾਂ ਕਿਉਂ। ਫਿਰ ਉਸ ਤੋਂ ਬਾਅਦ ਚਲੋ ਬਾਬਾ ਜੀ ਦੀ ਮਿਹਰ ਨਾਲ ਵੀਜ਼ਾ ਆ ਗਿਆ, ਅਤੇ ਫਿਰ ਸ਼ਿਵਮ ਦਾ ਪਾਸਪੋਰਟ ਆਇਆ ਮੇਰੇ ਬਰਥਡੇ ਵਾਲੇ ਦਿਨ। ਫਿਰ ਮੇਰਾ ਜਦੋਂ ਇੱਥੇ ਫਸਟ ਬਰਥਡੇ ਸੀਗਾ, ਅਤੇ ਉਦੋਂ ਵੀ ਮੈਨੂੰ ਬੜਾ ਇਕੱਲਾ ਇਕੱਲਾ ਫੀਲ ਹੁੰਦਾ ਸੀਗਾ, ਅਤੇ ਫਿਰ ਮੇਰੇ ਬਰਥਡੇ ਵਾਲੇ ਦਿਨ ਇਹਨਾਂ ਦਾ ਪਾਸਪੋਰਟ ਆ ਗਿਆ, ਅਤੇ ਟਿਕਟ ਹੋ ਗਈ ਇਹਨਾਂ ਦੀ, ਅਤੇ ਜਦੋਂ ਟਿਕਟ ਹੋ ਗਈ ਫਿਰ ਉਸ ਤੋਂ ਬਾਅਦ ਬਸ ਆ ਗਏ। ਉਸ ਤੋਂ ਬਾਅਦ ਵਾਲੀ ਜ਼ਿੰਦਗੀ ਮੈਨੂੰ ਇੰਨੀ ਔਖੀ ਨਹੀਂ ਲੱਗੀ, ਪਰ ਜਿਹੜੀ ਉਸ ਤੋਂ ਪਹਿਲੇ ਵਾਲੀ ਜ਼ਿੰਦਗੀ ਸੀ ਇੰਨੀ ਔਖੀ ਲੱਗੀ, ਮੈਨੂੰ ਔਖੀ ਲੱਗੀ। ਬਟ ਘਬਰਾਓ ਨਾ, ਇੰਨੀ ਔਖੀ ਹੁੰਦੀ ਨਹੀਂ ਆ, ਮੈਂ ਕਹਿ ਸਕਦੀ ਹਾਂ 50-50 ਆ, ਔਖੀ ਹੁੰਦੀ ਵੀ ਆ, ਔਖੀ ਨਹੀਂ ਵੀ ਹੁੰਦੀ, ਜੇ ਆਪਾਂ ਨੂੰ ਪਤਾ ਲੱਗ ਜਾਏ ਨਾ, ਆਪਾਂ ਨੂੰ ਪਤਾ ਲੱਗ ਜਾਏ ਕਿੱਦਾਂ ਉਹਨੂੰ ਫੇਸ ਕਰਨਾ, ਅਤੇ ਚੀਜ਼ ਵਧੀਆ ਵੀ ਰਹਿੰਦੀ ਆ। ਇਹ ਸਟਰਗਲ ਇੱਦਾਂ ਦਾ ਵੇਖੋ, ਹੁਣ ਇੱਕ ਪਾਸੇ ਤੁਹਾਨੂੰ ਹੁੰਦਾ ਸ਼ਿਫਟਾਂ, ਇੱਕ ਪਾਸੇ ਹੁੰਦੀ ਹੈ ਸਟੱਡੀ, ਇੱਕ ਪਾਸੇ ਹੁੰਦਾ ਘਰ ਆ ਕੇ ਰੋਟੀ ਸਬਜ਼ੀ ਦਾ ਵੀ ਦੇਖਣਾ, ਅਤੇ ਇੰਨੇ ਜ਼ਿਆਦਾ ਸਟ੍ਰੈਸ ਹੁੰਦੇ ਆ, ਅਤੇ ਫਿਰ ਟੈਨਸ਼ਨਾਂ ਤਾਂ ਹੋਣੀਆਂ ਹੀ ਆ ਨਾ। ਬਟ ਹਾਂ, ਇੱਕ ਗੱਲ ਹੈਗੀ ਆ ਕਿ ਅਗਰ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਚੀਜ਼ ਨੂੰ ਆਪਾਂ ਕਿੱਦਾਂ, ਮਤਲਬ ਸਟਰੋਂਗ ਬਣ ਕੇ ਸਾਰੀਆਂ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ, ਤਾਂ ਹੋ ਵੀ ਜਾਂਦੀ ਆ, ਇੰਨਾ ਕੋਈ ਔਖਾ ਨਹੀਂ ਹੈਗਾ, ਆਦਤ ਪੈ ਜਾਂਦੀ ਆ। ਮੈਨੂੰ 2-3 ਮਹੀਨੇ ਤਾਂ ਬੜਾ ਔਖਾ ਲੱਗਾ ਸੀਗਾ, ਉਸ ਤੋਂ ਬਾਅਦ ਮੈਨੂੰ ਆਦਤ ਪੈ ਗਈ ਸੀਗੀ। ਫਿਰ ਉਸ ਤੋਂ ਬਾਅਦ ਸ਼ਿਵਮ ਆ ਗਏ, ਅਤੇ ਜਦੋਂ ਇਹ ਆਏ ਫਿਰ ਆਪਾਂ ਥੋੜ੍ਹੇ ਦਿਨ ਤਾਂ ਘੁੰਮੇ ਫਿਰੇ, ਹੋਰ ਤਾਂ ਕੀ ਕਰਨਾ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਸਾਰੇ ਕੰਮ ਕੁੰਮ ਕਰਵਾਏ ਮੈਂ, ਫਿਰ ਮੈਨੂੰ ਵਧੀਆ ਪਤਾ ਲੱਗ ਗਿਆ ਸੀਗਾ ਨਾ ਸਾਰਾ ਕਿ ਕਿੱਦਾਂ ਕਿੱਥੋਂ ਕਿੱਥੋਂ ਸਿਮ ਲੈਣੀ ਆ, ਸਿਮ ਨੰਬਰ ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਸੀਗਾ। ਫਿਰ ਇਹਨਾਂ ਦੇ ਸਾਰੇ ਕੰਮ ਵਗੈਰਾ ਕਰਾਏ, ਹਫ਼ਤੇ ਦੀਆਂ ਛੁੱਟੀਆਂ ਲਿੱਤੀਆਂ ਹੈਗੀਆਂ, ਅਤੇ ਕਾਲਜ ਤੋਂ ਮੈਨੂੰ ਆਲਰੇਡੀ ਉਦੋਂ ਛੁੱਟੀਆਂ ਸੀਗੀਆਂ, ਸਮੈਸਟਰ ਔਫ ਸੀਗਾ ਮੇਰਾ, ਅਤੇ ਕੰਮ ਤੋਂ ਮੈਂ 1 week ਦੀਆਂ ਛੁੱਟੀਆਂ ਲੈ ਲਈਆਂ, ਕਿਉਂਕਿ ਮੈਨੂੰ ਪਤਾ ਸੀ ਮੈਨੂੰ ਸਾਰੇ ਕੰਮ ਕਰਾਉਣੇ ਪੈਣੇ, ਮੈਨੂੰ ਛੁੱਟੀਆਂ ਤਾਂ ਲੈਣੀਆਂ ਪੈਣੀਆਂ। ਫਿਰ 1 week ਬਾਅਦ ਮੈਂ ਕੰਮ 'ਤੇ ਜਾਣ ਲੱਗ ਗਈ, ਇਹ ਕਹਿਣ ਯਾਰ ਮੈਂ ਤਾਂ ਇਕੱਲਾ ਹੀ ਬੈਠਾ ਰਹਿੰਦਾ, ਮੈਂ ਤਾਂ ਜੀ ਨਹੀਂ ਲੱਗਦਾ, ਮਤਲਬ ਇੱਥੇ ਇੱਦਾਂ ਹੀ ਹੈ ਨਾ, ਹੁਣ ਰੂਮ 'ਚ ਇਕੱਲੇ ਚਾਰ ਦੀਵਾਰਾਂ 'ਚ ਬੈਠੇ ਰਹੋ, ਡਿਪਰੈਸ਼ਨ ਦਾ ਘਰ ਹੀ ਆ।
ਤੇ ਫਿਰ ਉਸ ਤੋਂ ਬਾਅਦ ਨਾ ਮੈਂ ਇਹਨਾਂ ਨੂੰ ਕਿਹਾ, ਮੈਂ ਇਹਨਾਂ ਨੂੰ ਸਾਰਾ ਦੱਸਿਆ, ਮੈਂ ਕਿਹਾ ਇੱਦਾਂ ਇੱਦਾਂ ਤੁਹਾਨੂੰ ਨਾ ਸੜਕਾਂ 'ਤੇ ਰੁਲਣਾ ਪੈਣਾ, ਤੁਹਾਨੂੰ ਜੋਬ ਲੱਭ ਜੂਗੀ। 2-3 ਦਿਨ ਤਾਂ ਮੈਂ ਵੀ ਇਹਨਾਂ ਨਾਲ ਰੁਲੀ, ਆਪਾਂ ਗਏ ਜਗ੍ਹਾ ਜਗ੍ਹਾ ਹੈ ਨਾ, ਇੱਦਾਂ ਹੀ ਬੱਸਾਂ 'ਚ ਧੱਕੇ ਖਾ ਖਾ ਕੇ ਗਏ ਸੀਗੇ, ਗੱਡੀ ਨਹੀਂ ਸੀ ਆਪਣੇ ਕੋਲ ਉਦੋਂ, ਅਤੇ ਫਿਰ ਆਪਾਂ ਇੱਦਾਂ ਹੀ ਰੁਲੇ। ਫਿਰ ਉਸ ਤੋਂ ਬਾਅਦ ਓਬਵੀਅਸਲੀ ਹੁਣ ਮੇਰੀ ਵੀ ਜੋਬ ਸੀਗੀ, ਮੈਂ ਜ਼ਿਆਦਾ ਛੁੱਟੀਆਂ ਨਹੀਂ ਲੈ ਸਕਦੀ ਸੀ। ਫਿਰ ਇਹਨਾਂ ਨੇ ਆਪ ਜਾਣਾ, ਸਵੇਰੇ ਜਾਣਾ, ਸ਼ਾਮੀ ਆਉਣਾ, ਮੈਨੂੰ ਕਾਲ ਕਰਕੇ ਪੁੱਛ ਲੈਣਾ, ਯਾਰ ਮੈਨੂੰ ਇੱਥੋਂ ਦੀ ਬੱਸ ਦਾ ਨਹੀਂ ਪਤਾ ਲੱਗ ਰਿਹਾ, ਮੈਂ ਇਹਨਾਂ ਨੂੰ ਦੱਸ ਦੇਣਾ ਹੈ ਨਾ, ਜਾਂ ਵੀਡੀਓ ਕਾਲ 'ਚ ਦੱਸ ਦੇਣਾ ਇਸ ਜਗ੍ਹਾ ਤੋਂ ਬੱਸ ਫੜਨੀ ਹੈ ਇੱਦਾਂ ਵਾ। ਅਤੇ ਫਿਰ ਫਾਈਨਲੀ ਰੱਬ ਦੀ ਮਿਹਰ ਨਾਲ 1 ਮੰਥ ਬਾਅਦ ਇਹਨਾਂ ਨੂੰ ਵੀ ਜੋਬ ਮਿਲ ਗਈ। ਸੋ ਦੇਖੋ, ਜਿਹੜੇ ਕਹਿੰਦੇ ਕਿ ਆ ਕੇ ਜੋਬ ਨਹੀਂ ਮਿਲਦੀ, ਮਿਲ ਜਾਂਦੀ ਆ। ਹੁਣ ਮੈਨੂੰ 15 ਦਿਨਾਂ 'ਚ ਮਿਲ ਗਈ, ਸ਼ਿਵਮ ਨੂੰ 1 ਮੰਥ 'ਚ ਮਿਲ ਗਈ, ਮਿਲ ਜਾਂਦੀ ਆ, ਬਸ ਥੋੜ੍ਹੇ ਐਫਰਟਸ ਕਰਨੇ ਪੈਂਦੇ ਆ, ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਫਿਰ 1 ਮੰਥ ਬਾਅਦ ਇਹਨਾਂ ਨੂੰ ਜੋਬ ਮਿਲ ਗਈ, ਫਿਰ ਆਪਾਂ ਦੋਨੋਂ ਬਿਜ਼ੀ ਹੋ ਗਏ ਹੈ ਨਾ, ਇਹਨਾਂ ਦਾ ਵੀ ਕੰਮ ਰੋਜ਼ ਹੋਣਾ। ਅਤੇ ਉਦੋਂ ਪਰ ਮੈਂ ਪਾਰਟ ਟਾਈਮ ਹੀ ਸੀਗੀ, ਪਰ ਮੇਰਾ ਕਾਲਜ ਵੀ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਨਾ ਸ਼ਿਵਮ ਦਾ ਆਉਣਾ ਸੀਗਾ ਬਰਥਡੇ, ਅਤੇ ਮੈਂ ਸੋਚਿਆ ਕਿ ਯਾਰ ਮੈਂ ਨਾ ਸ਼ਿਵਮ ਨੂੰ ਨਾ ਕੋਈ ਸਰਪ੍ਰਾਈਜ਼ ਦੇਣਾ। ਅਤੇ ਗੱਡੀ ਵਾਲੀ ਗੱਲ ਤਾਂ ਯਾਰ ਜਦੋਂ ਮੈਂ ਕੈਨੇਡਾ ਆਈ ਸੀ ਨਾ, ਉਦੋਂ ਤੋਂ ਹੀ ਮੈਨੂੰ ਹੁੰਦਾ ਸੀ, ਕਿਉਂਕਿ ਜਦੋਂ ਮੈਂ ਬੱਸ 'ਚ ਜਾਣਾ ਨਾ, ਮੈਂ ਦੇਖਣਾ ਯਾਰ ਸਾਰੇ ਗੱਡੀ 'ਚ ਜਾਂਦੇ ਆ ਮੇਰੇ ਕੋਲ ਕਦੋਂ। ਹਰੇਕ ਦਾ ਡ੍ਰੀਮ ਹੁੰਦਾ, ਹਰ ਕੋਈ ਸੋਚਦਾ ਯਾਰ, ਪਤਾ ਕਿ ਜੇ ਤੂੰ ਗਰੋਸਰੀ ਕਰਨ ਜਾਣਾ, ਭਾਰੀਆਂ ਭਾਰੀਆਂ ਗਰੋਸਰੀਆਂ ਚੱਕਣੀਆਂ, ਬੱਸ 'ਚ ਲਿਆਉਣੀਆਂ, ਟੂ ਮੱਚ ਡਿਫੀਕਲਟ ਹੁੰਦਾ ਸਾਰਿਆਂ ਨੂੰ ਹੀ ਲੱਗਦਾ। ਅਤੇ ਹਰ ਕੋਈ ਸੋਚਦਾ, ਮੈਂ ਵੀ ਉਦੋਂ ਸੋਚਣਾ ਯਾਰ ਮੇਰੇ ਕੋਲ ਕਦੋਂ ਗੱਡੀ ਹੋਊਗੀ। ਨਾਲੇ ਆਪਣੀ ਫਸਟ ਕਾਰ ਇੱਥੇ ਹੀ ਸੀਗੀ, ਆਪਣੇ ਕੋਲ ਇੰਡੀਆ ਕਾਰ ਨਹੀਂ ਸੀ ਹੈਗੀ। ਅਤੇ ਮੈਂ ਆ ਕੇ ਸੋਚਣਾ, ਮੈਂ ਕਹਿਣਾ ਯਾਰ ਮੇਰੇ ਕੋਲ ਕਦੋਂ ਕਾਰ ਹੋਊਗੀ। ਫਿਰ ਜਦੋਂ ਸ਼ਿਵਮ ਦਾ ਬਰਥਡੇ ਆਉਣਾ ਸੀਗਾ ਨਾ, ਮੈਂ ਸੋਚਿਆ ਚੱਲ ਮੈਂ ਸ਼ਿਵਮ ਨੂੰ ਨਾ ਕੋਈ ਸਰਪ੍ਰਾਈਜ਼ ਦਿੰਦੀ ਹਾਂ। ਅਤੇ ਸਰਪ੍ਰਾਈਜ਼ 'ਚ ਨਾ ਪਤਾ ਨਹੀਂ ਮੇਰੇ ਦਿਮਾਗ 'ਚ ਕਿੱਦਾਂ ਆ ਗਿਆ, ਮੈਂ ਕਿਹਾ ਯਾਰ ਮੈਂ ਗੱਡੀ ਸਰਪ੍ਰਾਈਜ਼ ਦਿੰਦੀ ਹਾਂ। ਮੈਂ ਸ਼ਿਵਮ ਦੇ ਬਰਥਡੇ ਦਾ ਵਲੋਗ ਵੀ ਬਣਾਇਆ ਸੀ। ਇੱਕ ਤਾਂ ਮੈਂ ਸੋਚਿਆ ਸੀ ਮੈਂ ਸ਼ਿਵਮ ਨੂੰ ਬ੍ਰੈਸਲੈਟ ਦੇਣਾ, ਕਿਉਂਕਿ ਇਹਨਾਂ ਕੋਲ ਬ੍ਰੈਸਲੈਟ ਨਹੀਂ ਹੈਗਾ ਗੋਲਡ ਦਾ, ਬਾਕੀ ਸਾਰਾ ਕੁਝ ਇਹਨਾਂ ਕੋਲ ਹੈਗਾ ਸੀਗਾ। ਅਤੇ ਮੈਂ ਕਿਹਾ ਇੱਕ ਤਾਂ ਮੈਂ ਬ੍ਰੈਸਲੈਟ ਦੇਣਾ, ਬ੍ਰੈਸਲੈਟ ਤਾਂ ਚਲੋ ਮੈਂ ਜਾ ਕੇ ਲੈ ਲਿਆ। ਅਤੇ ਫਿਰ ਇੱਕ ਮੇਰਾ ਮੈਨੂੰ ਦਿਮਾਗ 'ਚ ਬਹੁਤ ਸੀ ਕਿ ਮੈਂ ਗੱਡੀ ਲੈਣੀ ਆ। ਇਹ ਤਾਂ ਮੈਨੂੰ ਆਉਂਦੀ ਨਹੀਂ ਸੀ, ਸ਼ਿਵਮ ਨੂੰ ਵੀ ਆਉਂਦੀ ਨਹੀਂ। ਸ਼ਿਵਮ ਨੇ ਕਲਾਸਿਸ ਜ਼ਰੂਰ ਲਾਈਆਂ ਉੱਥੇ ਇੰਡੀਆ, ਪਰ ਉੱਥੋਂ ਦੇ ਰੂਲਸ ਅਤੇ ਇੱਥੋਂ ਦੇ ਰੂਲਸ 'ਚ ਤੁਹਾਨੂੰ ਪਤਾ ਬਹੁਤ ਫਰਕ ਹੈਗਾ, ਅਤੇ ਇੱਥੇ ਆ ਕੇ ਕਲਾਸਿਸ ਲੈਣੀਆਂ ਹੀ ਪੈਣੀਆਂ ਸੀਗੀਆਂ। ਅਤੇ ਫਿਰ ਮੈਂ ਤਾਂ ਚਲੋ ਪਹਿਲਾਂ ਹੀ ਕਲਾਸਿਸ ਲੈ ਲਈਆਂ ਸੀ ਬਹਾਨੇ ਨਾਲ, ਮੈਂ ਸ਼ਿਵਮ ਨੂੰ ਕਹਿਣਾ, ਮੈਂ ਕਿਹਾ ਯਾਰ ਮੈਂ ਗੱਡੀ ਸਿੱਖਣੀ ਆ। ਇਹ ਕਹਿੰਦੇ ਕਿ ਤੂੰ ਸਿੱਖ ਲਾ, ਅਤੇ ਮੈਂ ਕੋਈ ਗੱਲ ਨਹੀਂ ਮੈਂ ਬਾਅਦ 'ਚੋਂ ਸਿੱਖ ਲੂੰਗਾ, ਕਿਉਂਕਿ ਇਹਨਾਂ ਨੇ ਜਲਦੀ ਸਿੱਖ ਲੈਣੀ, ਇਹਨਾਂ ਨੂੰ ਸਿਰਫ 2 ਜਾਂ 3 ਕਲਾਸਿਸ ਦੀ ਲੋੜ ਹੈ ਇਹਨਾਂ ਨੇ ਸਿੱਖ ਲੈਣੀਆਂ। ਮੈਨੂੰ ਤਾਂ 10-12 ਕਲਾਸਿਸ ਲੱਗ ਗਈਆਂ ਸਿੱਖਣ 'ਚ, ਅਤੇ ਕਹਿੰਦੇ ਪਹਿਲਾਂ ਤੂੰ ਸਿੱਖ, ਤੈਨੂੰ ਟਾਈਮ ਲੱਗਣਾ। ਅਤੇ ਮੈਂ ਗੱਡੀ ਸਿੱਖ ਲਈ, ਮੈਨੂੰ ਸੀਗਾ ਗੱਡੀ ਤਾਂ ਮੈਂ ਸਿੱਖ ਲਈ, ਮੈਂ ਗੱਡੀ ਲੈਣੀ ਆ। ਪਰ ਮੈਂ ਇਹ ਸੋਚਿਆ ਸੀਗਾ ਕਿ ਪਹਿਲਾਂ ਮੈਂ ਗੱਡੀ ਨੋਰਮਲ ਥੋੜ੍ਹੀ ਗੱਡੀ ਲਊਂਗੀ, ਕਿ ਸਿਰਫ ਇੱਕ ਪ੍ਰੈਕਟਿਸ ਕਰਨ ਵਾਸਤੇ ਲਊਂਗੀ ਗੱਡੀ, ਅਤੇ ਸਸਤੀ ਗੱਡੀ ਲਊਂਗੀ ਮਤਲਬ। ਅਤੇ ਫਿਰ ਮੈਂ ਸਰਪ੍ਰਾਈਜ਼ ਕਿਤੇ ਨਾ, ਮੈਂ ਉੱਥੇ ਗਈ, ਮੈਨੂੰ MS ਮੋਟਰਸ ਦੇ, ਮੈਨੂੰ ਸਮਝ ਨਾ ਆਵੇ ਕਿ ਯਾਰ ਮੈਂ ਕਿਹੜੀ ਗੱਡੀ ਲਵਾਂ, ਐਡਾ ਵੱਡਾ ਡਿਸੀਜਨ ਮੈਂ ਇਕੱਲੀ ਕਿੱਦਾਂ ਲੈ ਲਾਂ। ਫਿਰ ਮੈਂ ਕਿਹਾ ਯਾਰ ਛੱਡ ਪਰਾਂ, ਮੈਂ ਸ਼ਿਵਮ ਨੂੰ ਦੱਸ ਹੀ ਦਿੰਦੀ ਹਾਂ। ਫਿਰ ਮੈਂ ਸ਼ਿਵਮ ਨੂੰ ਦੱਸਦਾ, ਇਹ ਕਹਿੰਦੇ ਚੱਲ ਵਧੀਆ ਗੱਲ ਆ, ਆਪਾਂ ਇਕੱਠੇ ਚੱਲਦੇ ਹਾਂ। ਫਿਰ ਆਪਾਂ ਇਕੱਠੇ ਗਏ, ਫਿਰ ਆਪਾਂ ਕਰੂਜ਼ ਪਸੰਦ ਕੀਤੀ, ਅਤੇ ਕਰੂਜ਼ ਵੀ ਵਧੀਆ ਗੱਡੀ ਸੀਗੀ, ਅਤੇ ਆਪਾਂ ਉਹ 'ਚ ਘੁੰਮੇ ਫਿਰੇ। ਬਹੁਤ ਜ਼ਿਆਦਾ ਖੁਸ਼ੀ ਹੋਈ ਗੱਡੀ ਲੈ ਕੇ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਪਾਪਾ ਕੋਲ ਗੱਡੀ ਸੀਗੀ, ਅਤੇ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ, ਅਤੇ ਕੁਛ ਮੈਂ ਵਲੌਗ ਦੇ ਵਿੱਚ ਪਾਇਆ ਸੀ, ਮੈਨੂੰ ਬੜੇ ਜਣਾਂ ਨੇ ਪੁੱਛਿਆ ਸੀਗਾ ਕਿ ਹੋਇਆ ਸੀ, ਕਿਉਂ ਗੱਡੀ ਸੇਲ ਕਰਤੀ ਸੀ। ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ, ਮੇਰੀ ਸਾਡੇ ਘਰ ਦੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਕੁਛ ਇੱਦਾਂ ਦੀਆਂ ਹੋ ਗਈਆਂ ਸੀ ਕਿ ਆਪਾਂ ਪਹਿਲਾਂ ਇੱਦਾਂ ਸੀਗੇ, ਅਤੇ ਫਾਈਨੈਂਸ਼ੀਅਲ ਕੰਡੀਸ਼ਨਸ ਕਰਕੇ ਆਪਾਂ ਬਿਲਕੁਲ ਹੀ ਡਾਊਨ ਆ ਗਏ ਸੀ। ਇੱਦਾਂ ਇੱਦਾਂ ਦੀਆਂ ਚੀਜ਼ਾਂ ਸਾਡੀ ਫੈਮਿਲੀ 'ਚ ਹੋਈਆਂ ਕਿ ਜਦੋਂ ਸਾਰੇ ਜਣੇ ਸਾਡਾ ਸਾਥ ਛੱਡ ਗਏ ਸੀਗੇ, ਅਤੇ ਕੁਛ ਰੀਜ਼ਨਸ ਕਰਕੇ ਸਾਡੀ ਗੱਡੀ ਵੀ ਸੇਲ ਹੋ ਗਈ ਸੀ। ਬਹੁਤ ਬਹੁਤ ਕੁਛ ਸਾਡਾ ਸੇਲ ਹੋ ਗਿਆ ਸੀਗਾ, ਅਤੇ ਗੱਡੀ ਵੀ ਸੇਲ ਹੋ ਗਈ ਸੀਗੀ। ਅਤੇ ਮੇਰੇ ਪਾਪਾ ਨਾ ਆਪਣੀ ਮਤਲਬ ਸਾਡੀ ਗੱਡੀ ਨੂੰ ਬੜੇ ਪਿਆਰ ਨਾਲ ਰੱਖਦੇ ਸੀਗੇ,
ਤੇ ਆਪਾਂ ਗੱਡੀ 'ਚ ਘੁੰਮਣਾ ਇੱਦਾਂ। ਮੈਂ ਨਿੱਕੀ ਹੁੰਦੀ ਸ਼ੁਰੂ ਤੋਂ, ਜਿੱਦਾਂ ਮੈਂ ਜਦੋਂ ਬੋਰਨ ਵੀ ਹੋਈ ਸੀ ਉਦੋਂ ਤੋਂ ਲੈ ਕੇ ਸ਼ੁਰੂ ਤੋਂ ਮੈਂ ਗੱਡੀ 'ਚ ਹੀ ਘੁੰਮੀ ਹਾਂ। ਇਹਦੇ 'ਚ ਮੈਂ ਕੋਈ ਫੁਕਰੀ ਨਹੀਂ ਮਾਰਦੀ ਪਈ, ਮੈਂ ਸੱਚਾਈ ਦੱਸਦੀ ਪਈ ਹਾਂ ਕਿ ਮੈਂ ਇੱਦਾਂ ਦੇ ਲਾਈਫ ਸਟਾਈਲ 'ਚ ਉੱਥੇ ਰਹੀ ਸੀਗੀ। ਸੋ ਸ਼ੁਰੂ ਤੋਂ ਜਿੱਦਾਂ ਗੱਡੀ 'ਚ ਰਹਿਣਾ, ਅਤੇ ਇੱਕਦਮ ਜਦੋਂ ਗੱਡੀ ਸੇਲ ਹੋ ਗਈ ਪਾਪਾ ਦੀ ਡੈਥ ਤੋਂ ਬਾਅਦ, ਤਾਂ ਬਹੁਤ ਦੁੱਖ ਲੱਗਾ ਸੀਗਾ। ਅਤੇ ਉਸ ਟਾਈਮ ਮੈਂ ਸੋਚਿਆ ਸੀਗਾ ਕਿ ਯਾਰ ਮੈਂ ਵੀ ਕਦੇ ਜ਼ਿੰਦਗੀ 'ਚ ਆਪ ਗੱਡੀ ਲਊਂਗੀ, ਕਿ ਮੈਂ ਮਾਣ ਨਾਲ ਕਹਿ ਸਕਾਂ ਕਿ ਮੈਂ ਆਪ ਗੱਡੀ ਲਿੱਤੀ ਆ। ਅਤੇ ਤਾਂ ਕਰਕੇ ਮੈਂ ਇਮੋਸ਼ਨਲ ਹੋ ਗਈ ਸੀ। ਇੱਕ ਮੇਰੇ ਪਾਪਾ ਦਾ ਨਾ ਫੇਵਰੇਟ ਕਲਰ ਵਾਈਟ ਸੀਗਾ, ਸੋ ਮੈਂ ਵਾਈਟ ਗੱਡੀ ਲਿੱਤੀ। ਅਤੇ ਮੈਂ ਬਹੁਤ ਇਮੋਸ਼ਨਲ ਹੋਈ, ਮੈਨੂੰ ਮੇਰੇ ਪਾਪਾ ਦੀ ਉਸ ਟਾਈਮ ਬੜੀ ਯਾਦ ਆਈ ਕਿ ਮੈਂ ਆਪ ਵੀ ਗੱਡੀ ਲਿੱਤੀ ਆ। ਅਤੇ ਉਹ ਗੱਡੀ 'ਚ ਆਪਾਂ ਵਾਹਵਾ ਘੁੰਮੇ ਘੁਮਾਈ ਗੱਡੀ, ਮਤਲਬ ਕੰਮ ਕੁੰਮ 'ਤੇ ਵੀ ਗੱਡੀ 'ਚ ਚੱਲ ਜਾਣਾ, ਵਧੀਆ ਲੱਗਾ ਹੈ ਨਾ ਗੱਡੀ 'ਚ ਜਾਈਦਾ, ਗੱਡੀ 'ਚ ਵਧੀਆ ਸੀਗਾ। ਅਤੇ ਉਸ ਤੋਂ ਬਾਅਦ ਫਿਰ ਡਰੀਮ ਕਾਰ ਮੇਰੀ ਸ਼ੁਰੂ ਤੋਂ ਸੀਗੀ ਜੀਪ, ਅਤੇ ਮੈਨੂੰ ਇਹੀ ਸੀਗਾ ਮੈਂ ਵਾਈਟ ਕਲਰ ਹੀ ਲੈਣਾ ਕਿਉਂਕਿ ਮੇਰੇ ਪਾਪਾ ਦਾ ਫੇਵਰੇਟ ਸੀ। ਅਤੇ ਪਹਿਲਾਂ ਯਾਰ ਜੀਪ ਜਿੰਨੀ ਸਾਡਾ ਨਹੀਂ ਹੈਗਾ ਸੀ ਬਜਟ, ਹੈ ਨਾ, ਕਿ ਜੀਪ ਨਹੀਂ ਲੈਣੀ ਯਾਰ, ਬਜਟ ਬਹੁਤ ਹਾਏ ਹੋਏ ਨਾ। ਅਤੇ ਫਿਰ ਉਸ ਤੋਂ ਬਾਅਦ ਨਾ 2-3 ਮਹੀਨੇ ਬਾਅਦ ਸਾਨੂੰ ਜੀਪ ਵਧੀਆ ਪ੍ਰਾਈਸ 'ਚ ਮਿਲਦੀ ਪਈ ਸੀ। ਅਤੇ ਪਤਾ ਨਹੀਂ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਯਾਰ ਗੱਡੀ ਚੇਂਜ ਕਰ ਲੈਂਦੇ ਹਾਂ ਹੁਣ, ਕਿ ਹੁਣ 2-3 ਮਹੀਨੇ ਚਲਾ ਲਈਏ। ਜੀਪ ਨਹੀਂ ਹੀ ਸੋਚੀ ਆਪਾਂ, ਆਪਾਂ ਇਹੀ ਸੋਚਿਆ ਜੀ ਕੋਈ ਹੋਂਡਾ ਦੀ ਜਾਂ ਟਿਓਟਾ ਦੀ ਗੱਡੀ ਲੈ ਲੈਂਦੇ ਹਾਂ, ਅਤੇ ਜਾਂ ਜਾ ਕੇ ਦੇਖ ਲੈਂਦੇ ਹਾਂ। ਜੀਪ ਵੀ ਖੜੀ ਸੀ ਉੱਥੇ, ਇੱਕ ਪਾਸੇ ਮੇਰੇ ਦਿਮਾਗ 'ਚ ਜੀਪ ਵੀ ਆਏ, ਪਰ ਮੈਂ ਕਨਫਿਊਜ਼ ਹੋਵਾਂ। ਅਤੇ ਫਿਰ ਆਪਾਂ ਜਦੋਂ ਉੱਥੇ ਗਏ, ਅਤੇ ਉਹਨਾਂ ਨੇ 2-3 ਗੱਡੀਆਂ ਦਿਖਾਈਆਂ, ਪਰ ਜਦੋਂ ਜੀਪ ਦਿਖਾਈ ਉਸ ਤੋਂ ਬਾਅਦ ਮੈਨੂੰ ਕੁਛ ਦਿਖਿਆ ਹੀ ਨਹੀਂ। ਮੈਂ ਕਿਹਾ ਯਾਰ ਨਹੀਂ, ਆਪਾਂ ਜੀਪ ਹੀ ਲੈ ਲੈਂਦੇ ਹਾਂ, ਫਿਰ ਕੀ ਆ। ਹੁਣ ਉਦੋਂ ਵੀ ਕਈਆਂ ਨੇ ਬਹੁਤ ਬੋਲੇ, ਕਿਸ਼ਤਾਂ 'ਤੇ ਲੈ ਲਈ, ਕਿਸ਼ਤਾਂ 'ਤੇ ਲੈ ਲਈ। ਹੁਣ ਯਾਰ ਇੱਦਾਂ, ਹੁਣ ਤੁਸੀਂ ਜਿਹੜੇ ਬੋਲਦੇ ਪਏ ਆ, ਉਹਨਾਂ ਦੀ ਜੇਬ 'ਚ ਇਸ ਟਾਈਮ ਉਹਨਾਂ ਦੀ ਜੇਬ ਦੇ ਵਿੱਚ $30-40,000 ਪਿਆ ਹੁੰਦਾ ਵਾ ਭਰਾਵਾ। ਤੁਸੀਂ ਲੋਕ ਹੀ ਲੈ ਸਕਦੇ ਹੋ ਕਿ ਹਾਂ ਵੀ $30-40,000 ਦੀ ਗੱਡੀ ਪਸੰਦ ਆ ਗਈ, ਆਹ ਲਓ $30,000 ਸਾਡੀ ਜੇਬ 'ਚ ਪਿਆ। ਸਾਡੀ ਜੇਬ ਦੇ ਵਿੱਚ 30,000 ਨਹੀਂ ਪਿਆ ਹੁੰਦਾ, ਆਪਾਂ 500-1,000 ਕਰਕੇ ਕਿਸ਼ਤਾਂ ਜੋਗੇ ਹਾਂ, ਸੋ ਆਪਾਂ ਕਿਸ਼ਤਾਂ 'ਤੇ ਹੀ ਲੈ ਸਕਦੇ ਹਾਂ, ਮੈਂ ਕਹਿੰਦੀ ਹਾਂ। ਸੋ ਆਪਾਂ ਇੱਦਾਂ ਹੀ ਲਿੱਤੀ ਆ, ਕਿਉਂਕਿ ਇੰਨੀ ਵੱਡੀ ਚੀਜ਼ 90% ਲੋਕ ਕਿਸ਼ਤਾਂ 'ਤੇ ਹੀ ਲੈਂਦੇ ਆ, ਠੀਕ ਆ। ਕਈ ਹੋਣਗੇ ਜਿਹੜੇ ਜਿਨ੍ਹਾਂ ਕੋਲ ਹੈਗਾ ਪੈਸਾ, ਉਹ ਇੱਕਦਮ $30,000-40,000 ਦੇ ਕੇ ਲੈ ਲੈਣਗੇ, ਆਪਾਂ ਕਿਸ਼ਤਾਂ 'ਤੇ ਲਈ ਆ। ਅਤੇ ਪਲੀਜ਼ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ, ਹਰ ਕੋਈ ਆਪਣੀ ਮਿਹਨਤ ਕਰਕੇ ਹੀ ਅੱਗੇ ਵੱਧਦਾ ਵਾ ਇਸ ਕਰਕੇ। ਅਤੇ ਚਲੋ, ਪਰ ਕਈਆਂ ਨੇ ਸਾਨੂੰ ਕੰਗਰੈਚੁਲੇਸ਼ਨਸ ਕਿਹਾ, ਸਪੋਰਟ ਕੀਤਾ, ਹੈ ਨਾ, ਉਹਨਾਂ ਨੂੰ ਥੈਂਕ ਯੂ ਆ ਅੱਜ ਵੀ, ਉਹਨਾਂ ਲਈ ਪੂਰੀ ਰਿਸਪੈਕਟ ਆ ਮੇਰੇ ਮਨ 'ਚ। ਅਤੇ ਫਿਰ ਆਪਾਂ ਜੀਪ ਲਿੱਤੀ, ਅਤੇ ਜੀਪ ਆਪਾਂ ਅੱਜ ਤੱਕ ਭਜਾਈ ਦੀ ਆ, ਵਾਹ ਭਜਾਈ ਦੀ ਆ, ਜਾਈਦਾ ਆਈਦਾ ਕੰਮ ਕੁੰਮ 'ਤੇ ਜਾਈਦਾ ਵਾ। ਸੋ ਇੱਥੋਂ ਤੁਸੀਂ ਦੇਖੋ ਕਿ ਠੀਕ ਆ, ਸਟਰਗਲ ਹੈਗੀ ਆ, ਪਰ ਆਪਾਂ ਨੂੰ ਬਹੁਤ ਕੁਛ ਇੱਥੇ ਆ ਕੇ ਮਿਲਦਾ ਵੀ ਆ, ਹੈ ਨਾ, ਜੇ ਆਪਾਂ ਉਹ ਚੀਜ਼ਾਂ ਫੇਸ ਕਰ ਲਈਏ ਤਾਂ ਬਹੁਤ ਕੁਛ ਮਿਲਦਾ ਵੀ ਆਪਾਂ ਨੂੰ। ਸੋ ਫਿਰ ਆਪਾਂ ਸੋਚਿਆ ਕਿ ਆਪਾਂ ਆਪਣਾ ਪ੍ਰਾਈਵੇਟ 1-bedroom ਬੇਸਮੈਂਟ ਲੱਭ ਲੈਂਦੇ ਹਾਂ। ਸੋ ਸਾਨੂੰ ਪ੍ਰਾਈਵੇਟ 1-bedroom ਬੇਸਮੈਂਟ ਮਿਲ ਗਈ, ਸਾਡੀ ਕਿਸੇ ਨੋਨ 'ਚ ਹੀ ਸਾਨੂੰ ਦਵਾਈ ਸੀਗੀ, ਅਤੇ ਪਰ ਸਰੀ 'ਚ ਨਹੀਂ ਸਾਨੂੰ ਮਿਲੀ। ਅਤੇ ਸਾਡੇ ਨੋਨ 'ਚ ਹੀ ਹੈਗੇ ਆ ਇੱਕ ਦੀਦੀ, ਉਹਨਾਂ ਨੇ ਸਾਨੂੰ ਬੇਸਮੈਂਟ ਦਵਾਈ, ਸਾਨੂੰ ਵਧੀਆ ਪ੍ਰਾਈਸ ਦੇ ਵਿੱਚ ਮਿਲਦੀ ਪਈ ਸੀਗੀ, ਰੈਂਟ ਵੀ ਸਹੀ ਸੀਗਾ, ਯੂਟੀਲਿਟੀਜ਼ ਵੀ ਸਾਰੀਆਂ ਹੈਗੀਆਂ ਇੱਥੇ। ਜਿਹਦੀ ਤੁਸੀਂ ਹੋਮ ਟੂਰ ਦਾ ਬੜੀ ਦੇਰ ਤੋਂ ਵੇਟ ਕਰ ਰਹੇ ਹੋ, ਅਤੇ ਹੋਪਸ ਉਹ ਤੁਹਾਨੂੰ ਜਲਦੀ ਆਊਗਾ ਹੁਣ ਹੋਮ ਟੂਰ, ਭਾਵੇਂ ਨੈਕਸਟ ਤੋਂ ਨੈਕਸਟ ਲੋਕ ਆਜੂਗਾ, ਨੈਕਸਟ ਲੋਕ 'ਤੇ ਆਪਾਂ ਨਿਊ ਈਅਰ ਦਾ ਬਣਾਵਾਂਗੇ, ਜੇ ਆਪਾਂ ਬਸ ਰੱਬ ਦੀ ਮਿਹਰ ਨਾਲ ਠੀਕ ਹੋ ਜਾਈਏ, ਹੈ ਨਾ, ਜਿਹੜਾ ਥੋੜ੍ਹਾ ਬਹੁਤ ਫੀਵਰ ਲੱਗਦਾ ਠੀਕ ਹੋ ਜਾਈਏ, ਫਿਰ ਤਾਂ ਆਪਾਂ ਨਿਊ ਈਅਰ 'ਤੇ ਕਿਤੇ ਜਾਵਾਂਗੇ ਵੀ, ਇੰਜੋਏ ਵੀ ਕਰਾਂਗੇ, ਨਹੀਂ ਤਾਂ ਫਿਰ ਘਰ ਹੀ ਮਨਾਵਾਂਗੇ। ਇਹੀ ਹੋ ਸਕਦਾ, ਬਿਮਾਰ ਥੋੜ੍ਹੀ ਬਾਹਰ ਜਾਵਾਂਗੇ, ਠੰਡ ਲੱਗ ਜਾਣੀ ਹੈ। ਬਾਕੀ ਕਈ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਸ਼ੋਪਿੰਗ ਇੰਨੀ ਕਰਦੇ ਹੋ, ਹੈ ਨਾ, ਮੈਨੂੰ, ਮੈਂ 2-3 ਕਮੈਂਟ ਪੜ੍ਹੇ, ਕਈ ਕਹਿੰਦੇ ਕਿ ਤੁਸੀਂ ਕੈਨੇਡਾ ਦੀ ਸੱਚਾਈ ਨਹੀਂ ਦਿਖਾਉਂਦੇ, ਤੁਸੀਂ ਸ਼ੋਪਿੰਗਾਂ ਕਰਦੇ ਹੋ, ਵੀ ਜਿਨ੍ਹਾਂ ਨੇ ਆਉਣਾ ਉਹਨਾਂ ਨੂੰ ਲੱਗਣਾ ਕਿ ਉੱਥੇ ਪਤਾ ਨਹੀਂ ਸ਼ੋਪਿੰਗਾਂ ਹੀ ਆ। ਹਾਂ, ਆਪਾਂ ਸ਼ੋਪਿੰਗਾਂ ਕਰਦੇ ਹਾਂ, ਪਰ ਤੁਸੀਂ ਆ ਵੀ ਤਾਂ ਦੇਖੋ ਆਪਾਂ ਕੰਮ ਵੀ ਕਰਦੇ ਹਾਂ, ਹੈ ਨਾ, ਆਪਾਂ ਦੋਨੋਂ ਜਣੇ ਕੰਮ ਕਰਦੇ ਹਾਂ, ਇਹ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ ਵੇਅਰ ਹਾਊਸ 'ਚ, ਅਤੇ ਮੈਂ ਟਿਮ ਹੋਟਲ 'ਤੇ ਕੰਮ ਕਰਦੀ ਹਾਂ। ਹੁਣ ਤਾਂ ਸਟੂਡੈਂਟਸ ਨੂੰ ਫੁੱਲ ਟਾਈਮ ਕਰ ਦਿੱਤਾ, ਸੋ ਮੈਂ ਵੀ ਹੁਣ ਫੁੱਲ ਟਾਈਮ ਹੋ ਗਈ ਸੀਗੀ ਪਿੱਛੇ ਜੇ,
ਤੇ ਇਹੀ ਹੈ ਕਿ ਆਪਾਂ ਕੰਮ ਵੀ ਕਰਦੇ ਹਾਂ ਹੈ ਨਾ, ਹੁਣ ਉਹੀ ਕੰਮ 'ਚੋਂ ਆਪਾਂ ਰੈਂਟ ਵੀ ਕੱਢਦੇ ਹਾਂ, ਗਰੋਸਰੀ ਦਾ ਵੀ ਖਰਚਾ ਕੱਢਦੇ ਹਾਂ, ਸਾਰਾ ਖਰਚਾ ਕੱਢਦੇ ਹਾਂ। ਅਤੇ ਆਪਾਂ ਸ਼ੋਪਿੰਗ, ਤੁਸੀਂ ਦੇਖਦੇ ਹੋ ਕਿ ਸ਼ੋਪਿੰਗਾਂ ਦੇ ਵਲੋਗ ਆਉਂਦੇ ਆ, ਆਪਾਂ ਵਲੋਗ ਬੜੀ ਦੇਰ ਬਾਅਦ ਬਣਾਉਂਦੇ ਹਾਂ, ਮਹੀਨੇ 'ਚ ਆਪਾਂ ਮੇ ਬੀ 2 ਵਾਰ ਸ਼ੋਪਿੰਗ ਕਰਦੇ ਹੋਵਾਂਗੇ। ਸੋ ਆਪਾਂ ਸ਼ੋਪਿੰਗ ਵੀ ਕਰਦੇ ਹਾਂ ਪਰ ਕੰਮ ਵੀ ਤਾਂ ਕਰੀਦਾ ਨਾ, ਪੈਸੇ ਸੇਵ ਵੀ ਕਰੀਦੇ ਆ, ਸਾਰਾ ਕੁਛ ਕਰੀਦਾ। ਸੋ ਇਹੀ ਆ ਹੁਣ ਯਾਰ, ਇਹ ਨਹੀਂ ਆ ਕਿ ਜੇ ਤੁਸੀਂ ਦਿਹਾੜੀਆਂ ਲਾ ਰਹੇ ਹੋ, ਤੁਸੀਂ ਸ਼ਿਫਟਾਂ ਲਾ ਰਹੇ ਹੋ, ਤੇ ਤੁਸੀਂ ਸਾਰੇ ਪੈਸੇ ਹੈ ਨਾ ਰੈਂਟ ਗਰੋਸਰੀ 'ਚ ਕੱਢੋ। ਮਰ ਮਰ ਕੇ ਨਹੀਂ ਜ਼ਿੰਦਗੀ ਜੀਣੀ, ਥੋੜ੍ਹਾ ਬਹੁਤ ਆਪਾਂ ਨੂੰ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ ਵਾ, ਇੰਜੋਏਮੈਂਟ ਵੀ ਲਾਓ, ਘੁੰਮੋ ਫਿਰੋ ਹੈ ਨਾ। ਕਿੰਨੇ ਕੀ ਲੈ ਨਾ ਯਾਰ ਦੁਨੀਆ 'ਚੋਂ ਹੈ ਨਾ, ਤੁਸੀਂ ਘੁੰਮੋ ਫਿਰੋ, ਇੰਜੋਏ ਕਰੋ, ਸ਼ੋਪਿੰਗ ਵੀ ਕਰੋ, ਪਰ ਹਾਂ ਥੋੜ੍ਹੇ ਸੀਰੀਅਸ ਵੀ ਹੋਵੋ, ਫੀਸਾਂ ਵੀ ਜੋੜੋ, ਰੈਂਟ ਵੀ ਦਿਓ, ਸਾਰਾ ਕੁਛ ਕਰੋ ਯਾਰ। ਜੇ ਮਿਹਨਤ ਕਰਦੀ ਦੀ ਹੈ ਤਾਂ ਉਹ ਮਿਹਨਤ ਦੀ ਕਮਾਈ ਨੂੰ ਆਪਣੇ 'ਤੇ ਵੀ ਥੋੜ੍ਹਾ ਲਾਓ, ਅਤੇ ਬਾਕੀ ਵੀ ਚਲੋ ਜੋ ਜੋ ਸਾਡੀਆਂ ਜ਼ਰੂਰਤਾਂ ਉਹ ਵੀ ਪੂਰੀਆਂ ਕਰੋ। ਮਤਲਬ ਮੇਰੀ ਥਿੰਕਿੰਗ ਇਹ ਆ, ਪਰ ਹਰ ਕਿਸੇ ਦੀ ਥਿੰਕਿੰਗ ਇਹ ਨਹੀਂ ਹੁੰਦੀ, ਹਰ ਕੋਈ ਕਈ ਕਈ ਹੀ ਸੋਚਦੇ ਛੱਡ ਵਰਾ ਕੀ ਸ਼ੋਪਿੰਗਾਂ ਕਰਨੀਆਂ, ਆਪਾਂ ਜੋੜ ਲੈਂਦੇ ਹਾਂ। ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੀ, ਉਹਨਾਂ ਦੀ ਵੀ ਥਿੰਕਿੰਗ ਵਧੀਆ, ਆਪਣੀ ਆਪਣੀ ਲਾਈਫ ਦਾ ਹਿਸਾਬ ਹੁੰਦਾ ਵਾ। ਹੁਣ ਆਪਾਂ ਤਾਂ ਇਹੀ ਬਿਲੀਵ ਕਰਦੇ ਹਾਂ ਕਿ ਹਰ ਇੱਕ ਚੀਜ਼ ਕਰਨੀ ਚਾਹੀਦੀ, ਆਪਾਂ ਕਰੀ ਦੀ ਆ। ਬਾਕੀ ਓਵਰਆਲ ਜੇ ਤੁਸੀਂ ਪੁੱਛੋ ਕਿ ਮੇਰਾ 1 ਸਾਲ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਤਾਂ 1 ਸਾਲ ਦੇ ਵਿੱਚ ਮੈਂ ਸਟਰਗਲ ਬਹੁਤ ਕੀਤੀ, ਪਰ ਜੇ ਮੇਰੀ ਲਾਈਫ 'ਚ ਸਟਰਗਲ ਨਾ ਹੁੰਦੀ, ਜੇ ਮੈਨੂੰ ਠੋਕਰਾਂ ਨਾ ਵੱਜਦੀਆਂ, ਤਾਂ ਅੱਜ ਮੈਂ ਸਿਆਣੀ ਨਾ ਹੁੰਦੀ, ਮੈਂ ਅੱਜ ਵੀ ਅੰਨਿਆਂ ਵਾਂਗ ਸਾਰਿਆਂ 'ਤੇ ਵਿਸ਼ਵਾਸ ਕਰਦੀ। ਮੈਂ 1 ਬੰਦੇ 'ਤੇ ਵੀ ਨਹੀਂ, ਮੈਂ 2-3 ਬੰਦਿਆਂ 'ਤੇ ਵਿਸ਼ਵਾਸ ਕੀਤਾ। ਮੈਂ ਨਾ ਬਹੁਤ ਚੀਜ਼ਾਂ ਸਾਲ ਦੇ ਵਿੱਚ ਹੋਈਆਂ ਜਿਹੜੀਆਂ ਅੱਜ ਵੀ ਮੈਂ ਸੋਸ਼ਲ ਮੀਡੀਆ 'ਤੇ ਨਹੀਂ ਬੋਲਦੀ ਪਈ, ਅਤੇ ਉਹਦੇ ਕਰਕੇ ਜੇ ਅੱਜ ਦੀ ਡੇਟ 'ਚ ਮੇਰੇ ਲਈ ਕੋਈ ਅਨਨੋਨ ਆ ਨਾ, ਪਤਾ ਨਹੀਂ ਕਿਉਂ ਮੇਰਾ ਨੇਚਰ ਹੀ ਇੱਦਾਂ ਦਾ ਹੋ ਗਿਆ ਕਿ ਮੈਂ ਹੁਣ ਜਲਦੀ ਟਰੱਸਟ ਨਹੀਂ ਕਰਦੀ। ਜੇ ਕੋਈ ਮੇਰੇ ਕੋਲ ਅਨਨੋਨ ਆਉਂਦਾ ਵੀ ਆ, ਮੈਂ 1-2 ਸੈਕਿੰਡ ਉਹਦੇ ਵੱਲ ਸ਼ੱਕੀ ਨਿਗਾਹ ਨਾਲ ਦੇਖ ਕੇ ਉਹਨੂੰ ਪਰਖ ਕੇ ਫਿਰ ਟਰੱਸਟ ਕਰੂੰਗੀ, ਮੈਂ ਛੇਤੀ ਟਰੱਸਟ ਨਹੀਂ ਕਰਦੀ, ਕਿਉਂਕਿ ਬੰਦਾ ਠੋਕਰਾ ਖਾ ਕੇ ਸਿੱਖਦਾ, ਅਤੇ ਅੱਜ ਕੱਲ੍ਹ ਦਾ ਜ਼ਮਾਨਾ ਹੈ ਵੀ ਨਹੀਂ ਆਪਾਂ ਕਿਸੇ 'ਤੇ ਟਰੱਸਟ ਕਰੀਏ। ਸੋ ਜਿਹੜੇ ਇੱਥੇ ਨਿਊ ਆ ਰਹੇ ਆ, ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਬਹੁਤ ਸੋਚ ਸਮਝ ਕੇ ਕਿਸੇ 'ਤੇ ਟਰੱਸਟ ਕਰਿਓ। ਮੈਨੂੰ ਪਤਾ ਕਿ ਸਾਰੇ ਇਹੀ ਸੋਚਦੇ, ਆਪਾਂ ਸ਼ੇਅਰਿੰਗ 'ਚ ਹੀ ਰਵਾਂਗੇ, ਰੈਂਟ ਘੱਟ ਦੇਣਾ ਪਊਗਾ, ਅਤੇ 50% 60% ਨੂੰ ਵਧੀਆ ਰੂਮਮੇਟਸ ਵੀ ਮਿਲ ਜਾਂਦੇ ਆ। ਮੈਨੂੰ ਨਹੀਂ ਮਿਲੇ, ਇਹ ਮੇਰੀ ਕਿਸਮਤ ਸੀਗੀ, ਮੈਨੂੰ ਨਹੀਂ ਮਿਲੇ, ਪਰ ਮੈਂ ਅੱਜ ਵੀ ਇਹੀ ਕਹੂੰਗੀ ਕਿ ਬਹੁਤ ਸੋਚ ਸਮਝ ਕੇ ਟਰੱਸਟ ਕਰਿਓ, ਛੇਤੀ ਕਿਸੇ 'ਤੇ ਟਰੱਸਟ ਨਾ ਕਰਿਓ। ਅਤੇ ਸਟਰਗਲ ਇਜ਼ ਵੈਰੀ ਇੰਪੋਰਟੈਂਟ, ਸਟਰਗਲ ਬਹੁਤ ਇੰਪੋਰਟੈਂਟ ਆ ਸਾਡੀ ਲਾਈਫ ਲਈ, ਜੇ ਸਾਡੀ ਲਾਈਫ 'ਚ ਸਟਰਗਲ ਹੋਊਗੀ, ਆਪਾਂ ਨੂੰ ਕਦਰ ਹੋਊਗੀ ਉਸ ਚੀਜ਼ ਦੀ, ਜੇ ਸਾਨੂੰ ਕੋਈ ਚੀਜ਼ ਮਿਲੂਗੀ ਨਾ, ਤਾਂ ਸਾਨੂੰ ਉਹਦੀ ਕਦਰ ਹੋਊਗੀ ਕਿ ਯਾਰ ਜਦੋਂ ਮੇਰੇ ਕੋਲ ਆਹ ਚੀਜ਼ ਨਹੀਂ ਸੀ, ਮੈਂ ਇੱਦਾਂ ਸਟਰਗਲ ਕਰਦੀ ਸੀ, ਉਹ ਚੀਜ਼ ਦੀ ਕਦਰ ਹੋਊਗੀ। ਇੱਦਾਂ ਹੀ ਚੀਜ਼ਾਂ ਮਿਲੀ ਜਾਣ 'ਤੇ ਬੰਦੇ ਨੂੰ ਕਦਰ ਵੀ ਨਹੀਂ ਹੁੰਦੀ। ਸੋ ਮੈਂ ਓਵਰਆਲ ਇਹੀ ਕਹੂੰਗੀ ਕਿ ਕੈਨੇਡਾ ਇਜ਼ ਨੋਟ ਅ ਬੈਡ ਕੰਟਰੀ, ਵਧੀਆ ਕੰਟਰੀ ਆ। ਜੇ ਸਾਨੂੰ ਸਟਰਗਲ ਕਰਨੀ ਪੈਂਦੀ ਹੈ ਤਾਂ ਬਹੁਤ ਕੁਛ ਸਾਨੂੰ ਇੱਥੋਂ ਮਿਲਦਾ ਵੀ ਆ, ਅਤੇ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ, ਸਗੋਂ ਵਧੀਆ ਹੈ। ਜਿਨ੍ਹਾਂ ਨੇ ਆਉਣਾ ਵਾ ਆਓ, ਵਧੀਆ ਵਧੀਆ ਆਓ ਹੈ ਨਾ। ਅੱਜ ਕੱਲ੍ਹ ਇਹ ਜ਼ਰੂਰ ਕੀਤਾ ਵਾ ਕਿ ਥੋੜ੍ਹੇ ਰੂਲਸ ਚੇਂਜ ਕਰ ਦਿੱਤੇ ਆ, GIC ਡਬਲ ਕਰ ਦਿੱਤੀ ਆ, ਉਹ ਚੀਜ਼ਾਂ ਚਲੋ ਔਖੀਆਂ ਜਿਨ੍ਹਾਂ ਨੇ ਉੱਥੋਂ ਆਉਣਾ, ਡਿਫਿਕਲਟ ਆ, ਪਰ ਉਹ ਮੈਂ ਇੱਥੋਂ ਦੀ ਗੱਲ ਕਰਦੀ ਪਈ ਹਾਂ, ਅਤੇ ਕੰਮ ਦੀ ਟੈਨਸ਼ਨ ਹੁੰਦੀ ਆ, ਬਸ ਥੋੜ੍ਹੇ ਆ ਰੁਲਣਾ ਪੈਂਦਾ ਵਾ। ਬਾਕੀ ਹਾਂ, ਅਗਰ ਕਿਤੇ ਵੀ ਕੰਮ ਹੋਊਗਾ ਜਾਂ ਕਿਤੇ ਹਾਇਰਿੰਗ ਜਲਦੀ ਹੋਊਗੀ, ਮੈਨੂੰ ਪਤਾ ਲੱਗੂਗਾ, ਮੈਂ ਜ਼ਰੂਰ ਹੈ ਨਾ ਸ਼ੇਅਰ ਕਰੂੰਗੀ, ਜਾਂ ਮੈਂ ਸਟੋਰੀ ਪਾ ਦੂੰਗੀ। ਮੈਨੂੰ ਅੱਜ ਕੱਲ੍ਹ ਵੈਸੇ ਮੈਨੂੰ ਕੋਈ ਅਪਡੇਟ ਨਹੀਂ ਆਈ ਆ, ਮੈਨੂੰ ਪਤਾ ਨਹੀਂ ਲੱਗਾ, ਕਿਉਂਕਿ ਅੱਜ ਕੱਲ੍ਹ ਥੋੜ੍ਹੀ ਜਿਹੀ ਸੈਸ਼ਨ ਚੱਲਦੀ ਪਈ ਸੀਗੀ, ਕ੍ਰਿਸਮਸ ਨਿਊ ਈਅਰ ਕਰਕੇ ਛੁੱਟੀਆਂ ਪਈਆਂ ਵਾ, ਜਿਸ ਕਰਕੇ ਸਾਨੂੰ ਵੀ ਆਵਰਸ ਘੱਟ ਮਿਲਦੇ ਪਏ ਆ, ਮੈਨੂੰ ਕਿ ਹਰੇਕ ਨੂੰ ਆਵਰਸ ਘੱਟ ਮਿਲਦੇ ਪਏ, ਕਿਉਂਕਿ ਛੁੱਟੀਆਂ ਪਈਆਂ, ਕੰਮ ਘੱਟ ਗਿਆ ਵਾ ਇਸ ਕਰਕੇ। ਸੋ ਬਾਕੀ ਮੈਨੂੰ ਜੇ ਪਤਾ ਲੱਗੂਗਾ, ਅਤੇ ਕੋਈ ਨਾ, ਜਿਹੜੇ ਜਨਵਰੀ ਬੈਚ 'ਚ ਸਟੂਡੈਂਟ ਆ ਰਹੇ ਆ, ਆਲ ਦਾ ਬੈਸਟ, ਵਧੀਆ ਵਧੀਆ ਤੁਹਾਡੀ ਲਾਈਫ ਰਹੂਗੀ। ਅਤੇ ਤੁਹਾਡੇ ਮਨ 'ਚ ਕੋਈ ਵੀ ਡਾਊਟ, ਕੋਈ ਵੀ ਕੁਐਸਚਨਸ ਹੋਣਗੇ, ਤੁਸੀਂ ਮੈਨੂੰ ਕਮੈਂਟ 'ਚ ਪੁੱਛ ਸਕਦੇ ਹੋ, ਮੈਂ ਤੁਹਾਡਾ ਜ਼ਰੂਰ ਜਵਾਬ ਦਊਂਗੀ, ਤੁਹਾਡਾ ਆਨਸਰ ਕਰੂੰਗੀ, ਇੰਨੀ ਕੋਈ ਟੈਨਸ਼ਨ ਨਹੀਂ ਹੈਗੀ, ਸਾਰਾ ਕੁਛ ਹੋ ਜਾਂਦਾ ਵਾ।
ਮੇਰੀ ਲਾਈਫ ਪਹਿਲਾਂ ਜਿਹੜੇ ਪਹਿਲੇ 6 ਮਹੀਨੇ ਸੀ ਬੜੀ ਔਖੀ ਲੰਘੀ ਸੀਗੀ, ਸ਼ਿਵਮ ਦੇ ਆਉਣ ਤੋਂ ਬਾਅਦ ਸਹੀ ਹੋ ਗਿਆ ਸੀਗਾ, ਜਿਹੜੇ ਵਾਈਫਸ ਵਿਚਾਰੀਆਂ ਕਰਦੀਆਂ ਉਹਨਾਂ ਦੇ ਹਸਬੈਂਡ ਜਲਦੀ ਜਲਦੀ ਆਉਣ, ਨਾਲੇ ਅੱਜ ਕੱਲ੍ਹ ਰੂਲ ਚੇਂਜ ਹੋ ਗਿਆ, ਤੁਸੀਂ ਆਪਣੇ ਸਪਾਊਸ ਨੂੰ ਆਪਣੇ ਨਾਲ ਹੀ ਲਿਆ ਸਕਦੇ ਹੋ, ਹਸਬੈਂਡ ਵਾਈਫ ਇਕੱਠੇ ਆ ਰਹੇ ਆ, ਕਿਉਂਕਿ ਮੇਰੇ ਟਿਮ 'ਤੇ ਇੱਕ ਕੁੜੀ ਆ ਕੰਮ ਕਰਦੀ ਆ, ਉਦੋਂ ਹਸਬੈਂਡ ਵਾਈਫ ਇਕੱਠੇ ਆਏ ਆ, ਸੋ ਇਹ ਤਾਂ ਐਸ਼ ਹੋ ਗਿਆ, ਤੁਸੀਂ ਇਕੱਠੇ ਆ ਸਕਦੇ ਹੋ ਸਾਡੇ ਵਾਂਗ, ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦੀ ਹਾਂ ਜਿਨ੍ਹਾਂ ਨੇ ਹੁਣ ਨਵੇਂ ਆਉਣਾ ਵਾ, ਕਿ ਆਪਾਂ ਨੂੰ ਮੰਥ ਦਾ ਕੀ ਖਰਚਾ ਪੈਂਦਾ ਵਾ, ਹੈ ਨਾ। ਇੱਕ ਤਾਂ ਤੁਹਾਨੂੰ ਰੈਂਟ ਤਾਂ ਦੇਣਾ ਹੀ ਪੈਣਾ ਵਾ, ਰੈਂਟ ਹੁਣ ਜਿਹੜਾ ਸਰੀ ਦੇ ਵਿੱਚ ਰੇਟ ਚੱਲਦਾ ਪਿਆ ਵਾ, ਮੈਂ ਕਿਉਂਕਿ ਮੇਰੇ ਵੀ ਨੋਨ 'ਚ ਕਿਸੇ ਨੇ ਆਉਣਾ ਸੀਗਾ ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਨੂੰ ਰੂਮ ਦਾ ਪਤਾ ਕਰਕੇ ਦਿਉ, ਅਤੇ ਸ਼ੇਅਰਿੰਗ ਦੇ ਵਿੱਚ 600-600 ਰੈਂਟ ਆ ਇਸ ਟਾਈਮ, ਸਰੀ ਦੇ ਵਿੱਚ ਜੋ ਰੇਟ ਆ, ਸਰੀ 'ਚ ਕਿ ਹਰ ਇੱਕ ਜਗ੍ਹਾ ਇੰਨਾ ਕੁ ਰੇਟ ਆ, 600 ਆ, ਕਿਤੇ 500 ਆ, ਇੰਕਲੂਡਿੰਗ ਆਲ ਯੂਟੀਲਿਟੀਜ਼, 500-600 ਹੀ ਹੈਗਾ ਵਾ। ਮੈਨੂੰ ਉਦੋਂ 450 ਮਿਲਿਆ, ਆਈ ਡੋਂਟ ਥਿੰਕ ਸੋ ਕਿ 450 'ਚ ਹੁਣ ਕਿਤੇ ਵੀ ਮਿਲਦਾ ਪਿਆ, ਰੈਂਟ ਵੱਧ ਗਏ ਹੋਏ ਆ। ਜੇ ਤੁਸੀਂ ਪ੍ਰਾਈਵੇਟ ਰੂਮ ਲੈਣਾ ਵਾ 1100-1100 ਦਾ ਵਾ, ਮੈਨੂੰ ਉਦੋਂ 800 'ਚ ਮਿਲਿਆ ਪਰ ਹੁਣ ਨਹੀਂ ਮਿਲਣਾ ਕਿਉਂਕਿ ਹੁਣ ਰੈਂਟ ਵੱਧ ਗਏ ਹੋਏ ਆ, ਹੈ ਨਾ। 1100-1100 ਦਾ ਤੁਹਾਨੂੰ ਪ੍ਰਾਈਵੇਟ ਮਿਲੂਗਾ, ਕਿਤੇ ਤੁਹਾਨੂੰ 800-900 ਵੀ ਮਿਲ ਜਾਓ ਮੈਨੂੰ ਪਤਾ ਨਹੀਂ, ਮੈਂ ਤੁਹਾਨੂੰ ਉੱਦਾਂ ਦੱਸ ਰਹੀ ਹਾਂ, ਮੈਜੋਰਿਟੀ ਇੰਨਾ ਕੁ ਰੈਂਟ ਆ। ਅਤੇ ਰੈਂਟ ਦਾ ਹੋ ਗਿਆ, ਫਿਰ ਗਰੋਸਰੀ ਦਾ ਹੋ ਗਿਆ, ਗਰੋਸਰੀ ਦਾ ਵੀ ਤੁਸੀਂ $100 ਲਾ ਲਓ, ਬਾਕੀ ਤੁਹਾਨੂੰ ਪਤਾ ਹੀ ਆ ਕਿ ਗੁਰਦੁਆਰਾ ਸਾਹਿਬ ਸਟੂਡੈਂਟਸ ਦੀ ਹੈਲਪ ਕਰਦੇ ਆ, ਉਧਰ ਉਹਦੀ ਗਰੋਸਰੀ ਮਿਲਦੀ ਆ, ਤੁਸੀਂ ਉੱਥੇ ਵੀ ਜਾ ਕੇ ਕਰ ਸਕਦੇ ਹੋ। ਮੈਨੂੰ ਜਦੋਂ ਤੱਕ ਨੀਡ ਸੀ ਮੈਂ ਕਰਦੀ ਵੀ ਰਹੀ ਹਾਂ, ਉੱਥੇ ਵੀ ਮੈਨੂੰ ਕਈ ਲੋਕਾਂ ਨੇ ਬੋਲਿਆ ਕਿ ਕਿਉਂ ਕਰਦੀ ਆ, ਮੈਨੂੰ ਸੀਗੀ ਨੀਡ, ਆਪਾਂ ਕਿਸੇ ਦੀ ਅੰਦਰਲੀ ਲਾਈਫ ਨੂੰ ਜੱਜ ਨਹੀਂ ਕਰ ਸਕਦੇ, ਹੈ ਨਾ। ਅਤੇ ਮੈਨੂੰ ਜਿੰਨੀ ਦੇਰ ਨੀਡ ਸੀਗੀ 2-3 ਮਹੀਨੇ ਮੈਂ ਕੀਤੀ, ਪਰ ਜਦੋਂ ਮੈਨੂੰ ਲੱਗਾ ਕਿ ਨਹੀਂ ਮੇਰੀ ਜਗ੍ਹਾ ਕਿਸੇ ਹੋਰ ਨੀਡੀ ਨੂੰ ਮਿਲ ਜੂਗੀ, ਫਿਰ ਉਸ ਤੋਂ ਬਾਅਦ ਹੁਣ ਆਪਾਂ ਆਪੇ ਜਾ ਕੇ ਕਰੀਦੀ ਆ, ਹੈ ਨਾ। ਫਿਰ ਤੁਸੀਂ ਗਰੋਸਰੀ ਦਾ ਉੱਥੋਂ ਕਰ ਸਕਦੇ ਹੋ, ਬਟ ਸਟਿਲ ਉੱਥੋਂ ਕੁਛ ਕੁਛ ਗਰੋਸਰੀ ਤਾਂ ਮਿਲ ਜਾਂਦੀ ਹੈ, ਕੁਛ ਕੁਛ ਗਰੋਸਰੀ ਆਪਾਂ ਨੂੰ ਕਰਨੀ ਹੀ ਪੈਂਦੀ ਹੈ। ਸੋ ਤੁਸੀਂ $100 ਤੱਕ ਗਰੋਸਰੀ ਦਾ ਲਾ ਲਓ, ਰੈਂਟ ਲਾ ਲਓ, ਅਤੇ ਜਿਹੜੇ ਬੱਸਿਸ ਦੇ ਕਾਰਡ ਰੀਚਾਰਜ ਕਰਾਉਣੇ ਹੁੰਦੇ ਆ ਉਹ ਹੋ ਗਿਆ ਕੰਪਸ ਕਾਰਡ, ਅਤੇ ਉਸ ਤੋਂ ਬਾਅਦ ਆਪਣਾ ਖਰਚਾ ਹੁੰਦਾ, ਹਾਂ, ਜਿਹੜਾ ਤੁਸੀਂ ਮੋਬਾਈਲ ਦਾ ਰੀਚਾਰਜ ਕਰਾਉਣਾ, ਬਿੱਲ ਮੋਬਾਈਲ ਦਾ ਜਿਹੜਾ ਬਿੱਲ ਭਰਨਾ ਉਹ ਹੋ ਗਿਆ, ਅਤੇ ਹੋਰ ਕਿਹੜਾ ਖਰਚਾ, ਹੋਰ ਜੇ ਤੁਸੀਂ ਤੁਹਾਡੇ 'ਤੇ ਡਿਪੈਂਡ ਆ ਸ਼ੋਪਿੰਗ ਵਗੈਰਾ ਕੁਛ ਵੀ, ਉਹ ਹੋ ਗਿਆ। ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਮੋਟਾ ਖਰਚਾ ਹੈਗਾ, ਬਾਕੀ ਫੀਸਾਂ ਦਾ ਖਰਚਾ ਤਾਂ ਬਹੁਤ ਮੋਟਾ ਖਰਚਾ ਵਾ, ਉਹੀ ਆ ਬਸ, ਇਹੀ ਖਰਚਾ ਮੇਨ ਹੁੰਦਾ ਵਾ। ਸੋ ਉਸ ਹਿਸਾਬ ਨਾਲ ਤੁਸੀਂ ਪ੍ਰਿਪੇਅਰ ਹੋ ਕੇ ਆਇਓ। ਬਾਕੀ ਚਲੋ ਇੱਥੇ ਆਪਾਂ ਇਸ ਵੀਡੀਓ ਦਾ ਐਂਡ ਕਰ ਦਿੰਦੇ ਹਾਂ, ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ। ਬਾਏ।